हर किया कथा गुरमीत सुनाइया, हर किया कथा अमरदास गुर हृदय त्यामो, हृदय त्यामो श्री गुरु रामदास गुण गावो, श्री अर्जन विघ्नन के नाशक, विघ्नन के नाशक श्री हर गोविंद शुभ सुमत प्रकाशक, श्री हर राय नमो कर जोरी, नमो कर जोरी गुरु हर कृष्ण मनाए बहोरी, गुरु तेग बहादुर परम कृपाला, परम कृपाला श्री गुरु गोविंद सिंह विशाला, तरों तरा पर पुन पुन सीसा जी, पुन पुन बंदों बार बार जगदीशा, जिसमें है अमृत ज्ञान है माणक भगत बैराग, श्री गुरु ग्रंथ साहिब उदद बंदों कर अनुराग, एक अंकारा सतगुरु तेह प्रसाद सच होए, वाहे गुरु जी की फतेह विघ्न विनाशन सोए। अच्छा गरीब नवाज दीन दुनिया दे मालक, चवर छतर तख्त दे मालक, समरथ गुरु प्रतख गुरु दीन दयाल कृपाल अंतरजामी पूर्ण पार ब्रह्म परमेश्वर, वाहिगुरु अकाल पुरख स्वरूप सच्चे पातशाह, धन 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 सतगुरु श्री गुरु ग्रंथ साहिब जी महाराज, धन धन श्री गुरु ग्रंथ साहिब जी महाराज। बड़े ही प्यार नाल सब सिख संगत दोवें हाथ जोड़ो, गज के आखो धन धन श्री गुरु ग्रंथ साहिब जी महाराज, धन धन श्री गुरु ग्रंथ साहिब जी महाराज। सतगुरु जी की पवित्र पावन हाजरी विखे सुभाए मान सतगुरु जी की प्यारी साजी निवाजी, गुरु जी का खास रूप गुरु खालसा संगत जी, आप जी बड़े ही प्यार नाल सतगुरु जी की पवित्र पावन हाजरी विच सज के गुरबाणी जी का पवित्र कीर्तन सरवण कर रहे सीगे, बड़े ही प्यार नाल सारी संगत गड के फतेह बुलाओ, वाहिगुरु जी का खालसा वाहिगुरु जी की फतेह। धन सच्चे पातशाह श्री गुरु नानक देव साहब जी की कथा आप जी सिख संगत बड़े ही प्यार नाल सरवण करदे हो,
ਧੰਨ ਸਤਿਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ। ਸਤਿਗੁਰੂ ਜੀ ਦੀਨ ਦੁਨੀਆਂ ਨੂੰ ਉਤਾਰਦੇ ਹੋਏ ਪਾਕ ਪੱਟਣ ਦੀ ਧਰਤੀ 'ਤੇ ਪਹੁੰਚੇ ਹੈ, ਜਿੱਥੇ ਕਿ ਸ਼ੇਕ ਬ੍ਰਹਮ ਬਾਬਾ ਫਰੀਦ ਸਾਹਿਬ ਜੀ ਦੀ ਗੱਦੀ ਦੇ ਉੱਤੇ ਬੈਠੇ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸ਼ੇਖ ਬ੍ਰਹਮ ਜੀ ਮਿਲਣ ਵਾਸਤੇ ਆਪ ਚੱਲ ਕੇ ਆਏ ਹੈ। ਗੁਰੂ ਸਾਹਿਬ ਮਹਾਰਾਜ ਦੇ ਦੂਰੋਂ ਦਰਸ਼ਨ ਕੀਤੇ ਹੈ, ਪਾਲਕੀ ਦੇ ਵਿੱਚੋਂ ਉਤਰ ਗਏ ਹਨ। ਆ ਕੇ ਸੱਚੇ ਪਾਤਸ਼ਾਹ ਜੀ ਨੂੰ ਸਲਾਮਾਂ ਅਲੈਕੁਮ ਕੀਤਾ, ਮਹਾਰਾਜ ਗਰੀਬ ਨਿਵਾਜ ਜੀ ਦੇ ਚਰਨਾਂ ਵਿੱਚ ਆ ਕੇ ਝੁਕੇ ਹਨ। ਆ ਕੇ ਪੁੱਛਿਆ ਮਹਾਰਾਜ ਸੱਚੇ ਪਾਤਸ਼ਾਹ, ਮਹਾਰਾਜ ਕੋਈ ਰੱਬ ਦੇ ਘਰ ਦੀ ਗੱਲ ਸੁਣਾਓ, ਅੱਗੇ ਬੰਦੇ ਦਾ ਕੀ ਬਣਦਾ ਹੈ? ਮਹਾਰਾਜ ਨੇ ਆਖਿਆ, ਸ਼ੇਖ ਬ੍ਰਹਮ ਉਸ ਵਾਹਿਗੁਰੂ ਜੀ ਦੀ ਸੱਚੀ ਦਰਗਾਹ ਵਿੱਚ ਸੱਚੇ ਹੀ ਮਾਣ ਪਾਉਂਦੇ ਹੈ, ਝੂਠੇ ਜਿਹੜੇ ਹੈ ਉਹ ਨਹੀਂ ਪਾਉਂਦੇ ਮਾਣ, ਝੂਠੇ ਜਿਹੜੇ ਵਿਕਾਰਾਂ ਵਿੱਚ ਫਸੇ ਰਹਿੰਦੇ ਹੈ ਉਹ ਇਸ ਧਰਤੀ 'ਤੇ ਰਹਿ ਕੇ ਜੰਮਦੇ ਰਹਿੰਦੇ ਹੈ, ਮਰਦੇ ਰਹਿੰਦੇ ਹੈ, 84 ਲੱਖ ਜੂਨਾਂ ਵਿੱਚ ਭਟਕਦੇ ਰਹਿੰਦੇ ਹੈ। ਇਹ ਬਚਨ ਸੱਚੇ ਪਾਤਸ਼ਾਹ ਮਹਾਰਾਜ ਨੇ ਕਹੇ ਹੈ। ਸ਼ੇਖ ਬ੍ਰਹਮ ਜਿਉਂ ਜਿਉਂ ਮਹਾਰਾਜ ਦੀ ਬਚਨ ਸੁਣਦਾ ਤਿਉਂ ਤਿਉਂ ਉਹਦੇ ਹਿਰਦੇ ਵਿੱਚ ਸ਼ਰਧਾ ਵੱਧਦੀ ਹੈ ਅਤੇ ਸ਼ਾਂਤੀ ਵੱਧਦੀ ਹੈ। ਸੱਚੇ ਪਾਤਸ਼ਾਹ ਮਹਾਰਾਜ ਨੂੰ ਉਹਨੇ ਆਖਿਆ, ਮਹਾਰਾਜ ਤੁਸੀਂ ਦੋਵੇਂ ਹੱਦਾਂ ਗਵਾ ਕੇ ਵਾਹਿਗੁਰੂ ਜੀ ਦਾ ਨਾਮ ਜਪਣ ਵਾਸਤੇ ਆਖਿਆ, ਮੇਰੇ ਮਨ ਨੂੰ ਬੜਾ ਚੰਗਾ ਲੱਗਾ ਹੈ। ਉਹਨੇ ਫਿਰ ਮਹਾਰਾਜ ਜੀ ਨੂੰ ਕੁਝ ਬਾਣੀ ਦੇ ਅਰਥ ਪੁੱਛੇ ਹੈ, ਬਾਬਾ ਫਰੀਦ ਸਾਹਿਬ ਜੀ ਦੇ ਸਲੋਕ ਦੇ ਅਰਥ ਪੁੱਛੇ ਹੈ। ਫਰੀਦਾ ਪਾੜ ਪਟੋਲਾ ਕੰਬਲੜੀ ਪਹਿਰਿਓ, ਜਿੰਨੀ ਵੇਸੀ ਸਹੁ ਮਿਲੈ ਸੇਈ ਵੇਸ ਕਰਿਓ। ਸਾਧ ਸੰਗਤ ਜੀ, ਮਹਾਰਾਜ ਸੱਚੇ ਪਾਤਸ਼ਾਹ ਨੇ ਇਹਦੇ ਅਰਥ ਦੱਸੇ ਹੈ। ਸ਼ੇਖ ਬ੍ਰਹਮ ਜੀ ਜਿਉਂ ਜਿਉਂ ਮਹਾਰਾਜ ਦੇ ਮੁੱਖੋਂ ਬਾਣੀ ਸੁਣਦੇ ਹੈ ਤਿਉਂ ਤਿਉਂ ਸੁੱਖ ਮਿਲਦਾ ਹੈ। ਇੱਕ ਸਲੋਕ ਸ਼ੇਖ ਫਰੀਦ ਜੀ ਦਾ, ਸ਼ੇਖ ਫਰੀਦ ਜੀ ਦਾ ਸ਼ੇਖ ਬ੍ਰਹਮ ਜੀ ਉਚਾਰਨ ਕਰਦੇ ਹੈ, ਇੱਕ ਸਲੋਕ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਆਪਣਾ ਉਚਾਰਨ ਕਰਦੇ ਹਨ। ਉਹ ਸਾਰਾ ਤੁਸੀਂ ਸੰਗਤ ਜੀ ਬੜੇ ਪਿਆਰ ਨਾਲ ਸਰਵਣ ਕੀਤਾ। ਗੁਰੂ ਨਾਨਕ ਸਾਹਿਬ ਜੀ ਨੇ ਅੱਗੋਂ ਸਲੋਕ ਉਚਾਰਿਆ, ਘਰ ਹੀ ਮੁੰਦ ਵਿਦੇਸ਼ ਪਿਰ, ਨਿਤ ਝੂਰੇ ਸੰਭਾਲੇ ਮਿਲਦਿਆਂ ਢਿੱਲ ਨਾ ਹੋਵਈ ਜੇ ਨੀਅਤ ਰਾਸ ਕਰੇ। ਮਿਲਦਿਆਂ ਸਮਾਂ ਨਹੀਂ ਲੱਗੇਗਾ ਜੇ ਨੀਅਤ ਰਾਸ ਹੋ ਜਾਏਗੀ। ਗੱਲ ਤਾਂ ਸੰਗਤ ਜੀ ਨੀਅਤ ਰਾਸ ਹੋਣ ਦੀ ਹੈ, ਨੀਅਤ ਹੀ ਰਾਸ ਨਹੀਂ ਹੁੰਦੀ ਗੱਲ ਕਿੱਥੋਂ ਬਣਨੀ ਹੈ? ਗੱਜ ਕੇ ਆਖੋ ਵਾਹਿਗੁਰੂ। ਬੰਦਾ ਕੰਮ ਤੇ ਬੜੇ ਕਰਦਾ ਪਰ ਨੀਤ ਸਾਫ ਨਹੀਂ ਹੁੰਦੀ, ਨੀਤ ਸਾਫ ਨਹੀਂ ਮਿਲਦੀ। ਬੁੱਲੇ ਸ਼ਾਹ ਦੀ ਗੱਲ ਇੱਕ ਸੁਣਾਉਂਦੇ ਹੁੰਦੇ ਆ, ਨਾ ਰੱਬ ਮਿਲਦਾ ਨਾਤਿਆਂ ਧੋਤਿਆਂ, ਨਾ ਮਿਲਦਾ ਡੱਡੂਆਂ ਮੱਛੀਆਂ ਨੂੰ। ਉਹ ਲਿਖਦੇ ਆ, ਕਹਿੰਦੇ ਜੇ ਰੱਬ ਮਿਲਦਾ ਨਾਤਿਆਂ ਧੋਤਿਆਂ ਤਾਂ ਮਿਲਦਾ ਡੱਡੂਆਂ ਮੱਛੀਆਂ ਨੂੰ। ਬੁੱਲੇ ਸ਼ਾਹ, ਰੱਬ ਉਹਨਾਂ ਨੂੰ ਮਿਲਦਾ ਨੀਤਾਂ ਜਿਨ੍ਹਾਂ ਦੀਆਂ ਅੱਛੀਆਂ ਨੇ, ਜਿਨ੍ਹਾਂ ਦੀ ਅੰਦਰ ਦੀ ਨੀਅਤ ਸਾਫ਼ ਹੈਗੀ ਜੀ। ਬੰਦਾ ਬੜਾ ਚੰਗਾ ਕੰਮ ਕਰੇ ਪਰ ਨੀਤ ਹੀ ਨਹੀਂ ਸਾਫ਼ ਹੈਗੀ, ਪਿੱਛੇ ਉਹਦਾ ਲਾਭ ਨਹੀਂ ਹੈਗਾ ਜੀ। ਇਹ ਨੀਅਤ ਸ਼ਬਦ ਵੇਖਦਾ ਨਹੀਂ ਹੈ ਵਾਹਿਗੁਰੂ, ਨੀਅਤ ਵੇਖਦੀ ਨਹੀਂ ਹੈ, ਅੰਦਰ ਹੀ ਹੁੰਦੀ ਹੈ, ਬੰਦੇ ਦੇ ਕੰਮਾਂ ਕਾਰਾਂ ਤੋਂ ਪਤਾ ਲੱਗ ਜਾਂਦਾ ਜੀ। ਮਹਾਰਾਜ ਕਹਿੰਦੇ ਮਿਲਦਿਆਂ ਢਿੱਲ ਨਾ ਹੋ ਬਈ ਜੇ ਨੀਅਤ ਰਾਸ ਕਰੇ। ਜੇ ਬੰਦਾ ਨੀਅਤ ਰਾਸ ਕਰ ਲਵੇ, ਹੁਣ ਪਿੱਛੇ ਧਾਰਮਿਕ ਕੰਮ ਬੰਦਾ ਕਰੇ, ਅੱਗੇ ਉਹ ਧਾਰਮਿਕ ਕੰਮ ਕਰੇ, ਮੁੱਖ ਇੱਛਾ ਪਿੱਛੇ ਹੋਵੇ, ਮੇਰੀ ਸਲੋਤਾ ਹੋਵੇ, ਵਾਹਿਗੁਰੂ ਨੂੰ ਮਿਲਣ ਦੀ ਇੱਛਾ ਹੀ ਨਾ ਹੋਵੇ, ਅਤੇ ਤਾਂ ਵੀ ਸਮਝ ਲਓ ਵੀ ਉਹਦੀ ਨੀਤ ਸਾਫ਼ ਨਹੀਂ ਹੈਗੀ ਜੀ। ਕਈ ਵਾਰੀ ਕਿਸੇ ਬੰਦੇ ਕੋਲ ਕੰਮ ਸਹੀ ਤਰੀਕੇ ਨਾਲ ਨਹੀਂ ਹੁੰਦਾ, ਆਪਾਂ ਕਹਿੰਦੇ ਤੇਰੀ ਨੀਅਤ ਹੀ ਨਹੀਂ ਚੰਗੀ ਤਾਂ ਤੇਰੇ ਕੋਲ ਕੰਮ ਕਿੱਥੋਂ ਚੰਗਾ ਹੋਣਾ। ਨੀਅਤ ਦਾ ਬੰਦੇ ਦੇ ਜੀਵਨ ਵਿੱਚ ਬੜਾ ਵੱਡਾ ਰੋਲ ਹੈਗਾ ਜੀ। ਕਹਿੰਦੇ ਜਿਹਦੀ ਨੀਅਤ ਚੰਗੀ ਹੋਵੇ ਰੱਬ ਉਹਦੇ ਰਾਹ ਆਪੇ ਖੋਲੀ ਜਾਂਦਾ ਜੀ ਸਾਰੇ ਜੀ। ਮਹਾਰਾਜ ਸੱਚੇ ਪਾਤਸ਼ਾਹ ਇੱਕ ਸਲੋਕ ਉਹ ਉਚਾਰਦਾ, ਇੱਕ ਸ਼ਬਦ ਮਹਾਰਾਜ ਸੱਚੇ ਪਾਤਸ਼ਾਹ ਉਚਾਰਦੇ ਹਨ। ਫਿਰ ਉਹਨੇ ਸਲੋਕ ਉਚਾਰਿਆ, ਫਰੀਦਾ ਨੱਢੀ ਕੰਤ ਨਾ ਰਾਵਿਓ, ਵੱਡੀ ਥੀ ਮੁਈ ਆਸ, ਧਨ ਕੁ ਕਹਿੰਦੀ ਗੋਰ ਮੈਂ ਤੈਸਹਿ ਨਾ ਮਿਲਿਆਸ।
ਮਹਾਰਾਜ ਸੱਚੇ ਪਾਤਸ਼ਾਹ ਨੂੰ ਦੱਸਿਆ ਉਹਨੇ ਸਲੋਕ ਉਚਾਰ ਕੇ। ਮਹਾਰਾਜ ਨੇ ਅੱਗੋਂ ਫਿਰ ਸਲੋਕ ਮਹੱਲਾ ਪਹਿਲਾ, ਮਹਿਲ ਕੁਚੱਜੀ ਮੜਬੜੇ ਕਾਲੀ ਮਨਹੋਂ ਕੁਸੁੱਧ, ਜੇ ਗੁਣ ਹੋਵਨ ਤਾਂ ਪਿਰ ਰਵੈ ਨਾਨਕ ਅਵਗੁਣ ਮੁੰਦ। ਸੱਚੇ ਪਾਤਸ਼ਾਹ ਜੀ ਨੇ ਸਲੋਕ ਉਚਾਰਿਆ ਜੀ। ਸੋ ਹਜ਼ੂਰ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਇਹਦੇ ਬਾਰੇ ਅਰਥ ਦੱਸਦੇ ਆ। ਮਹਿਲ ਕੁਚੱਜੀ ਮੜਬੜੀ, ਅੰਦਰ ਜਿਹੜੀ ਰੂਹ ਹੋਵੇ ਉਹ ਕੁਚੱਜੀ ਹੋਵੇ ਜੀ, ਉਹਨੂੰ ਕੋਈ ਚੱਜ ਅਚਾਰ ਨਾ ਹੋਵੇ। ਮੜਬੜੀ ਦੇ ਰੂਪੀ ਮੜੀ ਦੇ ਵਿੱਚ ਕਰਤੂਤਾਂ ਕਾਲੀਆਂ ਹੋਣ, ਕਸੁੱਧ ਹੋਵੇ ਤਾਂ ਵੀ ਵਾਹਿਗੁਰੂ ਨਹੀਂ ਮਿਲਦਾ ਜੀ। ਜੇ ਗੁਣ ਹੋਣ ਫਿਰ ਪਰਮੇਸ਼ਰ ਮਿਲਦਾ, ਅਵਗੁਣ ਕੱਟੇ ਜਾਂਦੇ ਹਨ। ਇਸ ਤਰੀਕੇ ਨਾਲ ਮਹਾਰਾਜ ਨੇ ਇਹ ਸਲੋਕ ਉਚਾਰਿਆ। ਅੱਗੋਂ ਹੁਣ ਸ਼ੇਖ ਫਰੀਦ ਜੀ ਕੁਝ ਸਲੋਕਾਂ ਦੇ ਅਰਥ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਪੁੱਛਦੇ ਆ, ਉਹ ਆਪਾਂ ਬੜੇ ਪਿਆਰ ਦੇ ਨਾਲ ਸਰਵਣ ਕਰੀਏ। ਸ਼ੇਖ ਬ੍ਰਹਮ ਜੀ ਗੱਜ ਕੇ ਆਖੋ ਵਾਹਿਗੁਰੂ। ਬਾਕੀ ਸੰਗਤਾਂ ਨੂੰ ਬੇਨਤੀ ਹੈ, ਐਂ ਟਿਕ ਕੇ ਪ੍ਰੇਮ ਦੇ ਨਾਲ ਗੁਰੂ ਜੀ ਦੀ ਕਥਾ ਸਰਵਣ ਕਰੋ ਤੇ ਪਿਆਰ ਨਾਲ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਫਰੀਦ, ਕਵਣ ਸੋ ਅੱਖਰ ਕਵਣ ਗੁਣ, ਕਵਣ ਸੋ ਮਣੀਆਂ ਮੰਤ, ਕਵਣ ਸੋ ਵੇਸੋ ਹਉਂਕਰੀ, ਜਿਤ ਵਸ ਆਵੈ ਕੰਤ। ਗੱਜ ਕੇ ਆਖੋ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਾਧ ਸੰਗਤ ਦੀ 1384 ਅੰਗ ਦੇ ਉੱਤੇ ਬਾਬਾ ਸ਼ੇਖ ਫਰੀਦ ਸਾਹਿਬ ਜੀ ਦਾ ਇਹ ਸਲੋਕ ਹੈ। 1384 ਅੰਗ ਦੇ ਉੱਤੇ ਜੀ ਬਾਬਾ ਸ਼ੇਖ ਫਰੀਦ ਜੀ ਕਹਿੰਦੇ ਨੇ, ਕਵਣ ਸੋ ਅੱਖਰ, ਉਹ ਕਿਹੜਾ ਸ਼ਬਦ ਹੈ, ਉਹ ਕਿਹੜਾ ਕਿਹੜੀ ਨੇਕੀ ਹੈ, ਕਵਣ ਗੁਣ। ਕਵਣ ਸੋ ਮਣੀਆਂ ਮੰਤ, ਉਹ ਕਿਹੜੇ ਜਵਾਹਰਾਤ ਹਨ, ਉਹ ਕਿਹੜਾ ਮੰਤਰ ਹੈ, ਕਿਹੜਾ ਉਹ ਵੇਸ਼ ਹੈ ਜਿਹਦੇ ਨਾਲ ਇੱਕ ਇਸਤਰੀ ਦੇ ਵਸ ਵਿੱਚ ਕਮਤ ਆ ਜਾਵੇ, ਭਾਵ ਬੰਦੇ ਦੇ ਵਸ ਵਿੱਚ ਰੱਬ ਆ ਜਾਵੇ ਜੀ, ਰੱਬ ਦੀ ਪ੍ਰਾਪਤੀ ਹੋਵੇ। ਇਹਨੂੰ ਬੁਲਾ ਕੇ ਆਖੋ ਮੇਰੀ ਸੁਰਤ ਪੜਕਦੀ ਹੁਣ ਟਿਕ ਜੇ, ਰਹਿਣ ਦਿਓ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਉਹ ਸਾਰਾ ਕੁਝ ਕਿਹੜਾ ਹੈ, ਇਹ ਸਵਾਲ ਹੈ ਜੀ। ਹਾਂਜੀ, ਨਿਵਣ ਸੋ ਅੱਖਰ ਖਮਣ ਗੁਣ, ਜਿਹਵਾ ਮਣੀਆਂ ਮੰਤ, ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ। ਨਿਵਣ ਸੋ ਅੱਖਰ ਖਵਣ ਗੁਣ, ਜਿਹਵਾ ਮਣੀਆਂ ਮੰਤ, ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ। ਬਾਬਾ ਫਰੀਦ ਸਾਹਿਬ ਨੇ ਪਹਿਲਾਂ ਪ੍ਰਸ਼ਨ ਲਿਖਿਆ ਜੀ, ਮੁੜ ਉੱਤਰ ਲਿਖਿਆ ਜੀ। ਸ਼ੇਖ ਬ੍ਰਹਮ ਨੇ ਆਖਿਆ, ਮਹਾਰਾਜ ਕਿਰਪਾ ਕਰੋ ਤੇ ਸ਼ੇਖ ਫਰੀਦ ਸਾਹਿਬ ਜੀ ਦੇ ਇਸ ਸਲੋਕ ਨੂੰ ਖੋਲ੍ਹ ਕੇ ਦੱਸੋ ਮਹਾਰਾਜ ਮੈਨੂੰ। ਹਾਂਜੀ, ਚੌਪਾਈ ਸੁਣੋ ਸ਼ੇਖ, ਨਿਵਣਾ ਸਭ ਆਗੇ, ਅੱਖਰ ਇਹ ਸ਼ੁਭ ਮਾਰਗ ਲਾਗੇ। ਗੱਜ ਕੇ ਆਖੋ। ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਦੱਸਿਆ, ਮਹਾਰਾਜ ਕਹਿੰਦੇ ਸ਼ੇਖ ਫਰੀਦ ਸਾਹਿਬ ਸਮਝਾ ਰਹੇ ਹੈ, ਸਭਨਾ ਦੇ ਅੱਗੇ ਨਿਭਕੇ ਰਹਿਣਾ ਇਹ ਅੱਖਰ ਹੈ, ਇਹ ਅੱਖਰ ਹੈ, ਭਾਵ ਇਹ ਸ਼ਬਦ ਵਰਤਣਾ, ਇਹ ਗੁਣ ਧਾਰਨ ਕਰਨਾ ਹੈ ਤੇ ਬੰਦਾ ਖੁਦਾ ਦੇ ਰਸਤੇ ਤੇ ਤੁਰਨਾ ਸ਼ੁਰੂ ਹੁੰਦਾ ਜੀ। ਹਾਂਜੀ, ਪਰਮੇਸ਼ਰ ਦੁੱਖ ਸੁੱਖ ਜੋ ਦੇਵੈ, ਇਹ ਗੁਣ ਲਖੋਂ ਦੋ ਸਮ ਖੇਵੈ, ਤੇ ਖਵਣ ਗੁਣ। ਕੱਜ ਕੇ ਆਖੋ ਵਾਹਿਗੁਰੂ। ਖਵਣ ਕੀ ਹੈ, ਪਰਮੇਸ਼ਰ ਦੁੱਖ ਦੇਵੇ ਸੁੱਖ ਦੇਵੇ ਉਸ ਗੱਲ ਨੂੰ ਸਮਝਣਾ ਤੇ ਉਹਨੂੰ ਸਹਿ ਜਾਣਾ ਜੀ, ਉਹਨੂੰ ਜਰਨਾ ਜੀ,
ਉਹਨੂੰ ਸਹਾਰਨਾ ਇਹ ਬੜਾ ਵੱਡਾ ਗੁਣ ਹੈ ਜੀ। ਪਰਮੇਸ਼ਰ ਨੂੰ ਬੁਰਾ ਨਾ ਆਖਣਾ, ਜੋ ਪਤੀ ਪਰਮੇਸ਼ਰ ਕਰਦਾ ਉਹਨੂੰ ਬੁਰਾ ਨਾ ਆਖਣਾ, ਭਾਣੇ ਵਿੱਚ ਰਹਿਣਾ, ਭੱਬਾ ਭੁੱਲੀ ਜੀ, ਭੱਬਾ ਭਾਣਾ ਜੀ, ਭੱਬਾ ਭਲਾ ਜੀ, ਇਹ ਗੁਣ ਆਪਣੇ ਜੀਵਨ ਵਿੱਚ ਧਾਰਨ ਕਰਨੇ। ਹਾਂਜੀ। ਰਸਨਾ ਸਿਫਤ ਬਿਖੇ ਕਰਤਾਰਾ, ਮਣੀਆਂ ਮੰਤ ਜਾਨੀਏ ਚਾਰਾ। ਫਿਰ ਜ਼ੁਬਾਨ ਮਿੱਠੀ ਹੋਣੀ ਜੀ, ਮੁੱਖੋਂ ਮਿੱਠੇ ਬੋਲ ਬੋਲਣੇ, ਪਰਮੇਸ਼ਰ ਦੀਆਂ ਸਿਫਤਾਂ ਕਰਨੀਆਂ। ਤੁਸੀਂ ਵੇਖਿਓ, ਜਿਹੜਾ ਬੰਦਾ ਪ੍ਰੇਮ ਨਾਲ ਵਾਹਿਗੁਰੂ ਵਾਹਿਗੁਰੂ ਜਪੇਗਾ, ਉਹਦੀ ਰਸਨਾ ਮਿੱਠੀ ਹੋ ਜਾਏਗੀ ਜੀ, ਉਹਦੀਆਂ ਗੱਲਾਂ ਮਨ ਨੂੰ ਸ਼ਾਂਤੀ ਦੇਣਗੀਆਂ ਜੀ। ਨਹੀਂ ਤੇ ਬੰਦੇ ਫਿੱਕੇ ਆ ਗਏ ਜੀ, ਫਿੱਕੇ ਬੋਲਦੇ, ਕੋਈ ਰਸ ਨਹੀਂ ਹੁੰਦਾ ਜੀ। ਸੋ ਇਸ ਕਰਕੇ ਮਹਾਰਾਜ ਦੱਸ ਰਹੇ ਆ, ਰਸਨਾ ਸਿਫਤ ਬਿਖੈ ਕਰਤਾਰਾ, ਇਸ ਰਸਨਾ ਦੇ ਨਾਲ ਕਰਤਾਰ ਦੀ, ਪਰਮੇਸ਼ਰ ਦੀ ਸਿਫਤ ਕਰਨੀ ਹੈ। ਮਣੀਆਂ ਮੰਤ ਜਾਨੀਏ ਚਾਰਾ, ਜਿਵੇਂ ਇਹਦੇ ਵਿੱਚ ਮਣੀਆਂ ਜੜੀਆਂ ਗਈਆਂ ਹੋਣ, ਹੀਰੇ ਜਵਾਹਰਾਤ ਜੜੇ ਗਏ ਹੋਣ, ਬੰਦਾ ਸਮਝ ਲਵੇ ਉਦੋਂ ਇਹ ਸਾਰਾ ਕੁਝ ਹੁੰਦਾ ਜਦੋਂ ਇਹ ਰਸਨਾ ਗੁਰੂ ਜੀ ਦੇ ਗੁਣ ਗਾਵੇ, ਕਰਤਾਰ ਦੀ ਸਿਫਤ ਕਰੇ। ਇਸ ਵਿਦ ਕਰੇ ਹੋਏ ਵਸ ਕੰਤਾ, ਨਿਵਣਾ ਖਿਮਾ ਦਾ ਗੁਣ ਰੱਖਣਾ, ਸਭ ਕੁਝ ਸਹਾਰਨਾ ਤੇ ਮਿੱਠੇ ਬੋਲ ਬੋਲਣਾ। ਜਿਸ ਇਸਤਰੀ ਵਿੱਚ ਤਿੰਨ ਗੁਣ ਹੋਣਗੇ, ਪਤੀ ਉਹਦੇ ਵਸ ਵਿੱਚ ਹੋ ਜਾਏਗਾ ਜੀ। ਕੱਜ ਕੇ ਆਖੋ ਵਾਹਿਗੁਰੂ, ਸਹੁਰੇ ਘਰ ਮਾਣ ਪਾਏਗੀ ਜੀ। ਤੇ ਇਸਤਰੀ ਗੱਲ ਗੱਲ ਤੇ ਲੜੇ ਜੀ। ਹਾਂਜੀ, ਇਸਤਰੀ ਗੱਲ ਗੱਲ ਤੇ ਲੜੇ ਤੇ ਘਰ ਵਿੱਚ ਪਵਾੜਾ ਹੀ ਪਾਊ ਜੀ। ਹਾਂਜੀ, ਪਵਾੜਾ ਹੀ ਪਾਏਗੀ, ਝੁੱਕ ਕੇ ਨਾ ਰਹੇ। ਇਹ ਨਹੀਂ ਵੀ ਬੰਦਾ DC ਬਣਿਆ ਰਵੇ, ਪਰ ਇੱਕ ਪਰਮੇਸ਼ਰ ਨੇ ਡਿਊਟੀ ਲਾਈ ਹੈ, ਇਸਤਰੀ ਨੇ ਘਰ ਸਾਂਭਣਾ, ਪੁਰਸ਼ ਨੇ ਬਾਹਰ ਸਾਂਭਣਾ ਹੈ ਜੀ। ਤੇ ਇਸਤਰੀ ਅੱਗੋਂ ਪੁਰਸ਼ ਜਦੋਂ ਬਾਹਰੋਂ ਆਵੇ ਤੇ ਖਿੱਜ ਖਿੱਜ ਕੇ ਪਵੇ, ਫਿਰ ਪਤੀ ਪਰਮੇਸ਼ਰ ਵਸ ਵਿੱਚ ਨਹੀਂ ਆਉਂਦਾ ਜੀ, ਪਤੀ ਵਸ ਵਿੱਚ ਨਹੀਂ ਆਉਂਦਾ ਜੀ। ਉਹ ਗੁਰਮੁਖ ਪਿਆਰੇ ਦੱਸਦੇ, ਕਹਿੰਦੇ ਅਸੀਂ ਇੱਕ ਥਾਂ ਤੇ ਚਲੇ ਗਏ ਤੇ ਸਾਨੂੰ ਕਹਿੰਦੇ ਬਿਠਾ ਲਿਆ। ਹਾਂਜੀ, ਘਰ ਵਾਲਾ ਕਹਿੰਦਾ ਜੀ ਮੇਰੇ ਨਾਲ ਨਿਆਂ ਕਰੋ। ਉਹ ਕਹਿੰਦੇ ਦੱਸ। ਕਹਿਣ ਲੱਗਾ ਮੈਂ ਪਾਣੀ ਮੰਗਿਆ, ਇਹਦੇ ਕੋਲ ਪਾਣੀ ਨਹੀਂ ਪਿਆਇਆ ਇਹਨੇ ਮੈਨੂੰ। ਉਹ ਗੁਰਮੁਖ ਪੁੱਛਦੇ ਕਿਉਂ ਬੀਬੀ ਪਾਣੀ ਨਹੀਂ ਪਿਆਇਆ? ਕਹਿੰਦੀ ਮੈਂ ਇੱਥੇ ਬੈਠੋ, ਮੇਰੀ ਗੱਲ ਵੀ ਸੁਣੋ। 3 ਮੰਜ਼ਲਾਂ ਤਾਂ ਚੜ ਕੇ ਆ ਗਿਆ ਤੇ ਸਾਹਮਣੇ ਵਾਟਰ ਕੂਲਰ ਪਿਆ ਸੀ, ਪਾਣੀ ਨਹੀਂ ਭਰ ਸਕਦਾ, ਆਪੇ ਪੀ ਵੀ ਲੈਂਦਾ। ਗੱਜ ਕੇ ਆਖੋ ਵਾਹਿਗੁਰੂ। ਤਾਂ ਗੁਰਮੁਖ ਕਹਿੰਦੇ ਮੈਂ ਬੀਬੀ ਦੇ ਹੱਕ ਚ ਫੈਸਲਾ ਦਿੱਤਾ ਵੀ ਤੂੰ ਸੱਚੀ ਹੈ, ਕਿਉਂ ਤੇਰੇ ਵਸਣ ਦੇ ਤੌਰ ਤਰੀਕੇ ਨਹੀਂ ਹੈਗੇ, ਤੂੰ ਸੱਚੀ ਹੈ। ਜਿਹਨੇ ਨਾ ਵਸਣਾ ਹੋਵੇ ਉਹ ਕਹਿੰਦੀ ਮੈਂ ਨਹੀਂ ਵਸਣਾ। ਕਹਿੰਦੇ ਕਿਉਂ? ਕਹਿੰਦੀ ਇਹ ਰੋਟੀ ਖਾਂਦਾ ਤੇਰੀ ਦਾੜੀ ਹਿੱਲਦੀ ਹੈ। ਤੇ ਫਿਰ ਸਿਆਣੇ ਸਮਝ ਜਾਂਦੇ ਤੌਰ ਤਰੀਕੇ ਜੀ। ਜਿਵੇਂ ਇਸਤਰੀ ਚ ਗੁਣ ਚੰਗੇ ਹੋਣ ਉਹ ਘਰ ਵਿੱਚ ਵਸਦੀ ਹੈ, ਬੰਦੇ ਵਿੱਚ ਗੁਣ ਚੰਗੇ ਹੋਣ ਬੰਦਾ ਪਰਮੇਸ਼ਰ ਦੇ ਘਰ ਵਸਦਾ ਜੀ। ਨਿਭ ਕੇ ਚੱਲਣਾ, ਨਿਵਣ ਸੋ ਅੱਖਰ, ਖਵਣ ਸਹਾਰਨਾ ਸਾਰਾ ਕੁਝ, ਤੇ ਜਿਹਬਾ ਮਣੀਆਂ ਮੰਤ ਮੁੱਖੋਂ ਮਿੱਠੇ ਬੋਲ ਬੋਲਣੇ। ਗੱਜ ਕੇ ਆਖੋ ਵਾਹਿਗੁਰੂ। ਇਹ ਕੰਮ ਕਰੇ ਤਾਂ ਵਸ ਹੁੰਦਾ ਕੰਤ ਜੀ। ਹਾਂਜੀ, ਉਹ ਆਮ ਤੌਰ ਤੇ ਗੱਲ ਸੁਣਾਉਂਦੇ ਹੁੰਦੇ, ਮੈਂ ਬਸ ਟੂਕ ਮਾਤਰ ਕਹਿ ਕੇ ਕਥਾ ਆਰੰਭ ਕਰਾਂਗਾ। ਉਹ ਕਰਵਾ ਚੌਥ ਦਾ ਵਰਤ ਰੱਖਦੀਆਂ ਤੇ ਬੋਲ ਤੇ ਮਿੱਠੇ ਨਹੀਂ ਹੈਗੇ ਤੇ ਫਾਇਦਾ ਕਿਆ ਜੀ। ਹਾਂਜੀ, ਉਹ ਪਤੀ ਨੇ ਆਖਿਆ ਕੀ ਗੱਲ ਇੰਨੇ ਪੈਸੇ ਇਸੇ ਵਰਤ ਤੇ ਲਾ ਦੇਣ ਲੱਗੀ ਆ? ਕਹਿੰਦੀ ਤੇਰਾ ਹੀ ਸਿਆਪਾ ਕਰ ਰਹੀ ਹਾਂ। ਹਾਂਜੀ, ਦੱਸੋ ਇਹ ਕਿਹੜੀ ਬੋਲੀ ਹੋਈ ਜੀ? ਮਹਾਰਾਜ ਕਹਿੰਦੇ ਆ, ਬਾਬਾ ਸ਼ੇਖ ਫਰੀਦ ਜੀ ਕਹਿੰਦੇ ਆ, ਜਿਹਬਾ ਮਣੀਆਂ ਮੰਤ ਮਿੱਠੇ ਮਿੱਠੇ ਬੋਲ ਬੋਲੇ, ਇਹ ਤਰੈ ਭੈਣੇ ਵੇਸ ਕਰ। ਹੇ ਮੇਰੀ ਭੈਣੇ, ਇਹ 3 ਵੇਸ ਬਣਾ ਕੇ ਰੱਖੀ ਤਾਂ ਵਸਿਆ ਵੀ ਕੰਤ।
ਇਸ ਬਿਧ ਕਰੈ ਹੋਏ ਵਸ ਕੰਤਾ ਬਾਹਰੋ ਨਦਰ ਧਰੈ ਭਗਵੰਤਾ। ਕਹਿਣ ਲੱਗੇ ਇਹ ਵਿਧੀ ਕਰੇ ਕੰਤ ਵਸ ਵਿੱਚ ਆ ਜਾਂਦਾ, ਬੰਦਾ ਇਹ ਗੁਣ ਧਾਰਨ ਕਰ ਲੇ ਭਗਵੰਤ ਵਸ ਵਿੱਚ ਆ ਜਾਂਦਾ ਹੈ, ਪਰਮੇਸ਼ਰ ਵਸ ਵਿੱਚ ਆ ਜਾਂਦਾ ਹੈ। ਹਾਂਜੀ, ਕਹੈ ਸ਼ੇਖ ਕਰਕੇ ਸੋ ਨਿਬੇਰਾ ਬਾਹਰ ਰਲਾਇਓ ਸਗਰੋ ਚੇਰਾ। ਪੀਰ ਨੇ ਇਸ ਤਰ੍ਹਾਂ ਇੱਕ ਹੋਰ ਉਹਦੇ ਮਨ ਦੀ ਜਿਹੜੀ ਵਿਚਾਰ ਸੀ ਨਾ ਉਹ ਉਹਨੇ ਦੱਸੀ ਮਹਾਰਾਜ ਨੂੰ। ਹਾਂਜੀ, ਸੇਵਾ ਤੇ ਹੈ ਨਦਰ ਅਪੇਵਾ, ਕਿਦੋਂ ਨਦਰ ਤੇ ਹੋਵੇ ਸੇਵਾ। ਹੇ ਮਹਾਰਾਜ, ਸੱਚੇ ਪਾਤਸ਼ਾਹ ਮਹਾਰਾਜ ਇੱਕ ਗੱਲ ਦੱਸੋ। ਮਹਾਰਾਜ ਕਹਿੰਦੇ ਦੱਸੋ ਮਹਾਰਾਜ, ਸੇਵਾ ਕਰਨ ਨਾਲ ਰੱਬ ਦੀ ਨਿਗਾਹ ਹੁੰਦੀ ਹੈ, ਮਿਹਰ ਹੁੰਦੀ ਹੈ, ਜਾਂ ਬੰਦਾ ਤੇ ਮਿਹਰ ਹੋਵੇ ਤਾਂ ਬੰਦਾ ਸੇਵਾ ਕਰਦਾ ਜੀ? ਆ ਮੇਰੇ ਵਰਗੇ ਵਿਹਲੜ ਜਿਹੜੇ ਸੇਵਾ ਕਰਕੇ ਖੁਸ਼ ਨਹੀਂ ਹੈਗੇ ਜੀ, ਉਹਨਾਂ ਵਾਸਤੇ ਗੱਲ ਠੀਕ ਹੈ ਜੀ। ਕਈ ਬੰਦਿਆਂ ਨੂੰ ਕਹੋ ਨਾ ਜੀ ਸੇਵਾ ਕਰ ਲਓ, ਉਹ ਕਹਿੰਦੇ ਜੀ ਰੱਬ ਦੀ ਮਿਹਰ ਹੋਏਗੀ ਤਾਂ ਹੀ ਕਰਾਂਗੇ। ਅੰਮ੍ਰਿਤ ਛੱਕ ਲਓ, ਰੱਬ ਦੀ ਮਿਹਰ ਹੋਏਗੀ ਤਾਂ ਛਕਾਂਗੇ। ਕਹਿੰਦੇ ਮਹਾਰਾਜ, ਸੇਵਾ ਤੇ ਹੈ ਨਦਰ ਅਪੇਵਾ, ਉਹ ਵਾਹਿਗੁਰੂ ਜੀ ਦੀ ਮਿਹਰ ਬੰਦੇ ਨੂੰ ਸੇਵਾ ਕਰਕੇ ਮਿਲਦੀ ਹੈ, ਜਾਂ ਸੇਵਾ ਕਰੇ ਤਾਂ ਮਿਹਰ ਮਿਲਦੀ ਹੈ। ਅਰਥ ਤੁਹਾਨੂੰ ਸਮਝ ਆ ਗਈ ਜੀ? ਸੇਵਾ ਕਰੇ ਤਾਂ ਮਿਹਰ ਹੁੰਦੀ ਹੈ, ਜਾਂ ਮਿਹਰ ਹੋਵੇ ਤੇ ਤਾਂ ਸੇਵਾ ਹੁੰਦੀ ਹੈ, ਮਹਾਰਾਜ ਇਹ ਦੱਸੋ। ਹਾਂਜੀ, ਇਹ ਨਿਰਣੈ ਕਰ ਮੋਹੇ ਬਤਾਵੋ, ਇਹ ਨਿਰਣਾ ਕਰਕੇ ਦੱਸੋ ਮਹਾਰਾਜ। ਹਾਂਜੀ, ਹਿਰਦੇ ਤੇ ਸਭ ਭਰਮ ਮਿਟਾਵੋ, ਤਾਂ ਕਿ ਹਿਰਦੇ ਤੇ ਸਭ ਭਰਮ ਮਿਟਾਵੋ। ਮਹਾਰਾਜ, ਮੈਂ ਆਪਣੇ ਹਿਰਦੇ ਤੋਂ ਭਰਮ ਦੂਰ ਕਰ ਲਵਾਂ। ਸ਼ੇਖ ਬਚਨ ਕੋ ਸੁਣ ਜਗਨਨਾਥਾ, ਜਦੋਂ ਸ਼ੇਖ ਬ੍ਰਹਮ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਇਹ ਪੁੱਛਿਆ, ਕਹਿਓ ਸਲੋਕ ਬਾਹਰ ਤਿੰਨ ਸਾਥਾ, ਤੇ ਮਹਾਰਾਜ ਗਰੀਬ ਨਵਾਜ ਜੀ ਨੇ ਬਚਨ ਕੀਤਾ ਜੀ। ਗੱਜ ਕੇ ਆਖੋ ਵਾਹਿਗੁਰੂ। ਕੀ ਸੀਗਾ ਭਲਾ ਪ੍ਰਸ਼ਨ? ਹਾਂਜੀ, ਸੇਵਾ ਕਰਕੇ ਮਿਹਰ ਮਿਲਦੀ ਹੈ, ਜਾਂ ਮਿਹਰ ਹੋਵੇ ਤਾਂ ਸੇਵਾ ਕਰੀਦੀ ਹੈ, ਮਹਾਰਾਜ ਇਹਦੇ ਬਾਰੇ ਦੱਸੋ। ਹਾਂਜੀ, ਸਲੋਕ ਮਹੱਲਾ ਪਹਿਲਾ, ਸੇਵਾ ਕਰੇ ਜੋ ਕੰਤ ਕੀ ਕੰਤ ਤਿਸੀ ਕਾ ਹੋਏ। ਗੱਜ ਕੇ ਆਖੋ ਵਾਹਿਗੁਰੂ। ਸੱਚੇ ਪਾਤਸ਼ਾਹ ਜੀ ਨੇ ਸਲੋਕ ਉਚਾਰਿਆ, ਬੜਾ ਹੀ ਕੀਮਤੀ ਸਲੋਕ ਹੈ। ਸੇਵਾ ਕਰੇ ਜੋ ਕੰਤ ਕੀ ਕੰਤ ਤਿਸੀ ਕਾ ਹੋਏ। ਇਹਦੀ ਪੰਕਤੀ ਦਾ ਅਰਥ ਤੁਹਾਨੂੰ ਸੌਖਾ ਹੀ ਪਤਾ ਲੱਗ ਗਿਆ। ਜਿਹੜੀ ਇਸਤਰੀ ਆਪਣੇ ਪਤੀ ਦੀ ਸੇਵਾ ਕਰਦੀ ਹੈ, ਪਤੀ ਉਹਦਾ ਹੁੰਦਾ ਹੈ। ਹਾਂਜੀ, ਗਰਬੀ ਕੰਤ ਨਾ ਪਾਈਐ ਭਾਵੇਂ ਖਰੀ ਸਵਾਲਿਓ ਹੋਏ। ਜਿੰਨੀ ਮਰਜ਼ੀ ਸੋਹਣੀ ਹੋਵੇ, ਜਿੰਨਾ ਮਰਜ਼ੀ ਰੂਪ ਸੋਹਣਾ ਹੋਵੇ, ਪਰ ਮਨ ਵਿੱਚ ਹੰਕਾਰ ਹੋਵੇ, ਪਤੀ ਪ੍ਰਵਾਨ ਨਹੀਂ ਕਰਦਾ ਜੀ, ਪਤੀ ਪ੍ਰਵਾਨ ਨਹੀਂ ਕਰਦਾ। ਇਹਦਾ ਭਾਵ ਸਮਝ ਲਿਓ। ਪਹਿਲੀ ਪੰਕਤੀ 'ਚ ਉੱਤਰ ਆ ਗਿਆ, ਜਿਹੜਾ ਸੇਵਾ ਕਰੇਗਾ ਮੇਰ ਉਹਦੇ ਉੱਤੇ ਹੋਵੇਗੀ। ਹੁਣ ਬੰਦਾ ਮੇਰੇ ਵਾਂਗੂ ਸੁੱਤਾ ਰਿਹਾ, ਕਹਿੰਦਾ ਜੀ ਮੇਰ ਹੀ ਨਹੀਂ ਹੋਈ, ਨਹੀਂ, ਉੱਠਣਾ ਮੇਰਾ ਫਰਜ਼ ਸੀ, ਉੱਠ ਕੇ ਸੇਵਾ ਕਰਨੀ ਮੇਰਾ ਫਰਜ਼ ਹੈ। ਪਿਆਰਿਓ, ਮੇਰ ਕਰਨੀ ਪਰਮੇਸ਼ਰ ਦੀ ਰਹਿਮਤ ਹੈ, ਉਹਦਾ ਤਰਸ ਹੈ। ਇਸ ਸਲੋਕ ਬਾਰੇ ਮੈਂ ਇੱਕ ਬੇਨਤੀ ਕਰਦੇ ਹਾਂ, ਸਲੋਕ ਤੁਹਾਨੂੰ ਛੇਤੀ ਸਮਝ ਆ ਜਾਏਗਾ। ਸੇਵਾ ਕੀ, ਵਾਹਿਗੁਰੂ, ਸਲੋਕ ਕੀ ਹੈ? ਸੇਵਾ ਕਰੇ ਜੋ ਕੰਤ ਕੀ, ਸੇਵਾ ਕਰੇ ਜੋ ਕੰਤ ਕੀ, ਸੇਵਾ ਕਰੇ ਜੋ ਕੰਤ ਕੀ, ਸੇਵਾ ਕਰੇ ਜੋ ਕੰਤ ਤਿਸੀ ਕਾ ਹੋਏ, ਕੰਤ ਤਿਸੀ ਕਾ ਹੋਏ, ਕੰਤ ਤਿਸੀ ਕਾ ਹੋਏ, ਕੰਤ ਤਿਸੀ ਕਾ ਹੋਏ। ਹੁਣ ਇਹਦਾ ਭਾਵ ਸਮਝਿਓ। ਇੱਕ ਰਾਜਾ, ਉਹਦੀ ਰਾਣੀ ਹੈ, ਰਾਣੀ ਬੜੀ ਸੇਵਾ ਵਾਲੀ, ਧਰਮੀ ਹੈ, ਨੇਕ ਹੈ, ਰਾਜੇ ਨੂੰ ਆਪਣਾ ਪਰਮੇਸ਼ਰ ਮੰਨਦੀ ਹੈ, ਪਰ ਉਹਦੇ ਘਰ ਸੰਤਾਨ ਨਹੀਂ ਹੋਈ। ਰਾਣੀ ਦੇ ਘਰ ਸੰਤਾਨ ਨਹੀਂ ਹੈ,
ਹੁਣ ਉਹਨੇ ਸੋਚਿਆ ਮੇਰੇ ਘਰ ਸੰਤਾਨ ਨਹੀਂ ਹੈ, ਰਾਜਾ ਮੇਰੇ ਨਾਲ ਪ੍ਰੇਮ ਬਹੁਤ ਕਰਦਾ, ਪਰ ਕਿਉਂ ਨਾ ਹੋਵੇ, ਮੈਂ ਰਾਜੇ ਦੀ ਦੂਜੀ ਸ਼ਾਦੀ ਰਚਾ ਦਿਆਂ, ਦੂਜਾ ਵਿਆਹ ਕਰਾ ਦਿਆਂ, ਦੂਜੀ ਜਿਹੜੀ ਰਾਣੀ ਆਏਗੀ ਉਹਦੇ ਸੰਤਾਨ ਜਿਹੜੀ ਹੈ ਉਹ ਇਸ ਰਾਜ ਭਾਗ 'ਤੇ ਰਾਜ ਕਰ ਲਏ। ਹੁਣ ਤੁਸੀਂ ਇਹ ਸੋਚ ਵੇਖੋ ਉਸ ਰਾਣੀ ਦੀ, ਇਸ ਸੋਚ ਤੋਂ ਪਤਾ ਲੱਗਦਾ ਉਹ ਰਾਣੀ ਨੇਕ ਹੈ ਜੀ, ਜਿਹੜੀ ਆਪਣੀ ਸੌਂਕਣ ਲਿਆਉਣ ਨੂੰ ਤਿਆਰ ਹੈ, ਪਰ ਇਹ ਚਾਹੁੰਦੀ ਹੈ ਵੀ ਰਾਜੇ ਦੇ ਘਰ ਸੰਤਾਨ ਹੋਵੇ ਅਤੇ ਰਾਜ ਭਾਗ ਜਿਹੜਾ ਅੱਗੋਂ ਸਾਂਭ ਲਏਗੀ। ਉਹਨੇ ਆਪ ਰਾਣੀ ਲੱਭੀ ਜੀ, ਜਦੋਂ ਉਹਨੇ ਰਾਣੀ ਇੱਕ ਹੋਰ ਲੱਭ ਲਈ, ਆਮ ਇਸਤਰੀ ਉਹਨੂੰ ਰਾਣੀ ਬਣਾਉਣਾ ਸੀ, ਵੱਡੀ ਰਾਣੀ ਨੇ ਆਪ ਛੋਟੀ ਰਾਣੀ ਦਾ ਵਿਆਹ ਰਾਜੇ ਨਾਲ ਕਰਾਇਆ, ਉਹਨੂੰ ਰਾਣੀ ਬਣਾਇਆ, ਘਰ ਵਿੱਚ ਲੈ ਕੇ ਆਈ ਜੀ। ਕੋਈ ਇਸਤਰੀ ਐਸਾ ਨਹੀਂ ਕਰਦੀ। ਉਹਨੇ ਆਪ ਉਹਦਾ ਆਪ ਰਾਜੇ ਦਾ ਦੂਜਾ ਵਿਆਹ ਰਚਾ ਤਾ। ਕੁਝ ਦਿਨ ਇਕੱਠੀਆਂ ਰਹੀਆਂ, ਪਰ ਛੋਟੀ ਨੂੰ ਮਹਿਸੂਸ ਹੋਵੇ ਕਿ ਰਾਜਾ ਮੈਨੂੰ ਨਹੀਂ ਪਿਆਰ ਕਰਦਾ, ਰਾਜਾ ਵੱਡੀ ਨੂੰ ਹੀ ਪ੍ਰੇਮ ਕਰਦਾ, ਉਹਦਾ ਕਾਰਨ ਛੋਟੀ ਆਲਸੀ ਹੈ। ਛੋਟੀ ਸੇਵਾ ਕਰਕੇ ਰਾਜੀ ਨੇ, ਵੱਡੀ ਸੇਵਾ ਕਰਦੀ ਹੈ, ਰਾਜੇ ਦਾ ਧਿਆਨ ਬਾਰ ਬਾਰ ਵੱਡੀ ਵੱਲ ਜਾਂਦਾ ਹੈ। ਅਖੀਰ ਛੋਟੀ ਦੇ ਅੰਦਰ ਈਰਖਾ ਦੇ ਭਾਂਬੜ ਮੱਚਣ ਲੱਗ ਪਏ। ਛੋਟੀ ਕਹਿਣ ਲੱਗੀ ਮੈਂ ਨਹੀਂ ਰਹਿਣਾ। ਰਾਜਾ ਕਹਿੰਦਾ ਕੀ ਗੱਲ ਹੈ? ਕਹਿਣ ਲੱਗੀ ਮੈਂ ਰਵਾਂਗੀ, ਪਰ ਇੱਕ ਕੰਮ ਕਰ ਦਿਓ, ਵੱਡੀ ਰਾਣੀ ਨੂੰ ਬਾਹਰ ਭੇਜ ਦਿਓ, ਵੱਡੀ ਰਾਣੀ ਤੁਹਾਡੇ ਮੱਥੇ ਨਹੀਂ ਲੱਗਣੀ ਚਾਹੀਦੀ, ਮੈਂ ਤਾਂ ਤੁਹਾਡੇ ਨਾਲ ਰਵਾਂਗੀ। ਹੁਣ ਤੁਸੀਂ ਅੰਦਾਜ਼ਾ ਲਓ ਵੀ ਉਹਨੇ ਹੀ ਉਹ ਰਾਣੀ ਲਿਆਂਦੀ, ਉਹ ਉਹਨੂੰ ਹੀ ਕਢਾਉਣ ਦਈ ਹੈ। ਵੱਡੀ ਰਾਣੀ ਨੂੰ ਬਾਹਰ ਭੇਜ ਦਿਓ, ਕਿਤੇ ਹੋਰ ਵੱਖਰਾ ਬਣਾ ਦਿਓ ਉਹਨੂੰ, ਤੁਸੀਂ ਉੱਥੇ ਨਹੀਂ ਜਾਓਗੇ, ਮੈਂ ਤਾਂ ਇੱਥੇ ਰਵਾਂਗੀ। ਰਾਜੇ ਨੇ ਵੱਡੀ ਰਾਣੀ ਨਾਲ ਸਲਾਹ ਕੀਤੀ। ਵੱਡੀ ਰਾਣੀ ਕਹਿੰਦੀ ਠੀਕ ਹੈ, ਮੈਂ ਚਲੇ ਜਾਂਦੀ ਹਾਂ, ਪਰ ਮੈਨੂੰ ਇੱਕ ਵਾਰੀ ਉਹਦੇ ਨਾਲ ਮਿਲਾਓ। ਛੋਟੀ ਰਾਣੀ ਨਾਲ ਮਿਲੀ, ਵੱਡੀ ਕਹਿਣ ਲੱਗੀ ਆ ਮੈਂ ਚਲੇ ਜਾਂਦੀ ਹਾਂ, ਪਰ ਤੂੰ ਇੱਕ ਕੰਮ ਕਰਨਾ ਹੈ, ਇੱਕ ਸੇਵਾ ਮੈਨੂੰ ਦੇ ਦੇ, ਮੈਂ ਕੁਝ ਨਹੀਂ ਕਹਾਂਗੀ। ਉਹ ਕਹਿਣ ਲੱਗੀ ਕਿਹੜੀ ਸੇਵਾ? ਕਹਿਣ ਲੱਗੀ ਰਾਜਾ ਰੋਜ਼ ਜਿਹੜੇ ਕੱਪੜੇ ਪਾਉਂਦਾ ਉਹ ਕੱਪੜੇ ਮੈਂ ਧੋਇਆ ਕਰਾਂਗੀ। ਉਹ ਕਹਿਣ ਲੱਗੀ ਇਹਦੇ ਵਿੱਚ ਕੀ ਹੈ? ਵੱਡੀ ਰਾਣੀ ਚਲੇ ਗਈ, ਉਹਨੂੰ ਵੱਖਰਾ ਬਣਾ ਤਾ, ਉਹ ਇਕੱਲੀ ਰਹਿੰਦੀ ਹੈ। ਦੋ ਚਾਰ ਨੌਕਰ ਰਾਣੀਆਂ ਦਿੱਤੀਆਂ, ਹਰ ਰੋਜ਼ ਰਾਜੇ ਦੀ ਲੱਥੀ ਪੁਸ਼ਾਕ ਉਹਦੇ ਕੋਲ ਜਾਂਦੀ ਹੈ, ਵੱਡੀ ਰਾਣੀ ਮੱਥੇ ਨੂੰ ਲਾ ਕੇ ਪੁਸ਼ਾਕ ਧੋਂਦੀ ਹੈ। ਉਹਦੇ ਵਿੱਚੋਂ ਹੀ ਉਹ ਰਾਜੇ ਦੇ ਦਰਸ਼ਨ ਕਰ ਲੈਂਦੀ ਹੈ। ਵੱਡੀ ਰਾਣੀ ਖੁਸ਼ ਬੜੀ, ਸੇਵਾ ਕਰਨ ਵਾਲਾ ਬੰਦਾ ਦੂਰ ਵੀ ਹੋਵੇ ਪਿਆਰੇ, ਉਹਦੇ ਅੰਦਰ ਖੇੜਾ ਬਣਿਆ ਰਹੇਗਾ। ਮਾਫ ਕਰਿਓ, ਆਲਸੀ ਬੰਦਾ ਜਿਹੜਾ ਸੇਵਾ ਨਹੀਂ ਕਰਦਾ, ਗੁਰੂ ਦੇ ਕੋਲ ਵੀ ਬੈਠਾ ਰਹੇ, ਅੰਦਰੋਂ ਸੁੱਕਾ ਹੀ ਰਹੇਗਾ ਜੀ। ਉਹ ਛੋਟੀ ਰਾਣੀ ਅੰਦਰੋਂ ਸੁੱਕੀ ਪਈ, ਉਹਨੂੰ ਨੌਕਰ ਰਾਣੀ ਨੂੰ ਭੇਜਿਆ ਉਹਨੇ ਵੀ ਜਾ ਵੱਡੀ ਰਾਣੀ ਦਾ ਪਤਾ ਲੈ ਕੇ। ਉਹ ਵੱਡੀ ਰਾਣੀ ਕੋਲ ਗਈ, ਫੇਰਾ ਪਾ ਕੇ ਆਈ। ਛੋਟੀ ਰਾਣੀ ਨੂੰ ਆ ਕੇ ਕਹਿਣ ਲੱਗੀ ਵੀ ਵੱਡੀ ਤੇ ਖੁਸ਼ੀ ਬੜੀ ਹੈ। ਕਹਿਣ ਲੱਗੀ ਉਹ ਕਿਉਂ ਖੁਸ਼ ਹੈ? ਮੈਂ ਤੇ ਉਹਨੂੰ ਕਦੀ ਮਿਲਣ ਹੀ ਨਹੀਂ ਦਿੱਤਾ, ਖੁਸ਼ ਕਿਉਂ ਹੈ? ਤੇ ਰਾਣੀ ਦੀ ਫਿਰ ਸੋਚ, ਰਾਣੀ ਉਹ ਵਾਹਿਗੁਰੂ ਨੌਕਰ ਰਾਣੀ ਦੀ ਸੋਚ, ਗੋਲੀ ਦੀ ਸੋਚ ਗੋਲੀ ਵਾਲੀ ਹੋਣੀ ਸੀ ਨਾ। ਉਹ ਕਹਿਣ ਲੱਗੀ ਪਤਾ ਉਹ ਖੁਸ਼ ਕਿਉਂ ਹੈ? ਕਹਿਣ ਲੱਗੀ ਦੱਸ। ਕਹਿਣ ਲੱਗੀ ਉਹਦੀ ਮਾਂ ਨੇ ਉਹਨੂੰ 9 ਲੱਖਾਂ ਹਾਰ ਦਿੱਤਾ ਸੀ। ਜਿਹਦੇ ਕੋਲ 9 ਲੱਖਾਂ ਹਾਰ ਹੋਵੇ ਉਹ ਖੁਸ਼ ਹੀ ਹੁੰਦੀ ਹੈ। ਮੈਂ ਪਹਿਲਾਂ ਬੇਨਤੀ ਕੀਤੀ, ਗੋਲੀ ਹੈ ਨਾ, ਗੋਲੀਆਂ ਨੇ ਗੋਲੀ ਵਾਲੀ ਗੱਲ ਕਰਨੀ ਸੀ, ਵਾਹਿਗੁਰੂ ਨੂੰ ਗੋਲੀ ਨੇ ਗੋਲੀਆਂ ਵਾਲੀ ਗੱਲ ਕਰਨੀ ਸੀ।
ਉਹਦੇ ਹਿਸਾਬ ਨਾਲ 9 ਲੱਖ ਹਾਰ ਜਿਰਕਾਉਂਦਾ ਉਹ ਖੁਸ਼ ਹੋ ਜਾਂਦਾ। ਕਹਿਣ ਲੱਗੀ ਅੱਛਾ, ਤੇ ਸਾਧ ਸੰਗਤ ਉਹਨੇ ਰਾਜੇ ਨੂੰ ਕਿਹਾ, ਕਹਿਣ ਲੱਗੀ ਵੱਡੀ ਰਾਣੀ ਨੂੰ ਆਖੋ 9 ਲੱਖ ਹਾਰ ਦੇ ਦੇ। ਰਾਜੇ ਨੇ 2 ਗੋਲੀਆਂ ਭੇਜੀਆਂ, ਵੱਡੀ ਰਾਣੀ ਕਹਿੰਦੀ ਹੈ ਵਾਹਿਗੁਰੂ, ਛੋਟੀ ਰਾਣੀ ਕਹਿੰਦੀ ਹੈ ਮੈਨੂੰ 9 ਲੱਖ ਹਾਰ ਚਾਹੀਦਾ। ਵੱਡੀ ਰਾਣੀ ਕਹਿੰਦੀ ਮੈਨੂੰ ਇੱਕ ਵਾਰੀ ਫਿਰ ਛੋਟੀ ਨਾਲ ਮਿਲਾ ਦਿਓ। ਉਹ ਕਹਿਣ ਲੱਗੇ ਠੀਕ ਹੈ। ਵੱਡੀ ਰਾਣੀ ਛੋਟੀ ਨੂੰ ਕਹਿਣ ਲੱਗੀ ਤੂੰ 9 ਲੱਖ ਹਾਰ ਵੀ ਲੈ ਲਾ, ਪਰ ਇੱਕ ਕੰਮ ਕਰ ਲੈਂਦੇ। ਕਹਿੰਦੀ ਕੀ? ਕਹਿਣ ਲੱਗੀ ਦਿਨ ਵਿੱਚ ਮੈਨੂੰ ਇੱਕ ਵਾਰ ਰਾਜੇ ਦੇ ਦਰਸ਼ਨ ਕਰ ਲੈਂਦਿਆ ਕਰ। ਉਹ ਕਹਿਣ ਲੱਗੀ ਉਹਦੇ 'ਚ ਕੀ ਗੱਲ ਹੈ? ਠੀਕ ਹੈ, ਰਾਜੇ ਦੇ ਦਰਸ਼ਨ ਹੀ ਚਾਹੀਦੇ ਆ, ਦੇ ਦਿਆਂਗੇ 9 ਲੱਖ ਹਾਰ ਦੇ ਦੇ। ਉਹਨੇ 9 ਲੱਖ ਹਾਰ ਲੈ ਲਿਆ। ਅਗਲੇ ਦਿਨ ਵੱਡੀ ਰਾਣੀ ਤੜਕੇ ਅੰਮ੍ਰਿਤ ਵੇਲੇ ਜਦੋਂ ਰਾਜਾ ਸੈਰ ਤੇ ਲੰਘਦਾ ਸੀ, ਵੱਡੀ ਰਾਣੀ ਰਾਹ 'ਚ ਖਲੋਤੀ, ਉਹਨੇ ਰਾਜੇ ਦੇ ਲੰਘਦੇ ਦੇ ਦਰਸ਼ਨ ਕੀਤੇ। ਵੱਡੀ ਰਾਣੀ ਖੁਸ਼ ਹੋ ਗਈ ਤੇ ਰਾਜਾ ਪੁੱਛਦਾ, ਅੱਜ ਤੁਸੀਂ ਇੱਥੇ ਕਿਵੇਂ? ਕਹਿਣ ਲੱਗੀ 9 ਲੱਖੇ ਹਾਰ ਦੀ ਕਿਰਪਾ ਹੈ, 9 ਲੱਖੇ ਹਾਰ ਕਰਕੇ ਮੈਨੂੰ ਤੁਹਾਡੇ ਦਰਸ਼ਨ ਹੋ ਗਏ। ਰਾਜੇ ਨੂੰ ਸਾਰੀ ਗੱਲ ਪਤਾ ਲੱਗੀ, ਛੋਟੀ ਰਾਣੀ ਨੇ ਮੇਰੇ ਦਰਸ਼ਨਾਂ ਦੀ ਫੀਸ ਲਈ ਹੈ ਇਹਦੇ ਕੋਲੋਂ। ਉਹਨੇ ਉਸੇ ਵੇਲੇ ਕਿਹਾ, ਕਹਿਣ ਲੱਗਾ ਜਿਹੜੀ 9 ਲੱਖੇ ਹਾਰ ਦੇ ਬਦਲੇ ਮੇਰੇ ਦਰਸ਼ਨ ਵੇਚ ਸਕਦੀ ਉਹ ਕੁਝ ਵੀ ਕਰ ਸਕਦੀ ਹੈ। ਤੇ ਉਹਨੇ ਉਸੇ ਵੇਲੇ ਕਹਿਤਾ, ਛੋਟੀ ਰਹੇਗੀ ਉੱਥੇ ਜਿਹੜੀ ਵੱਡੀ ਦੀ ਥਾਂ ਬਣਾਈ ਸੀ, ਵੱਡੀ ਮੁੜ ਘਰ ਵਿੱਚ ਆਏਗੀ। ਕਿਉਂ? ਜਿਹੜੀ ਦਰਸ਼ਨ ਵੀ ਇੱਕ ਬੰਨੇ, ਜਿਹੜੀ ਕਹਿੰਦੀ ਮੈਨੂੰ ਕੱਪੜੇ ਧੋ ਲੈਂਦੇ ਮੈਨੂੰ ਇਹੋ ਹੀ ਪ੍ਰਵਾਨ ਹੈ, ਦਰਸ਼ਨਾਂ ਵਾਸਤੇ ਮਹਿੰਗੀ ਤੋਂ ਮਹਿੰਗੀ ਚੀਜ਼ ਕੁਰਬਾਨ ਕਰ ਸਕਦੀ ਹੈ ਪਿਆਰਿਓ। ਰਾਜਾ ਕਹਿਣ ਲੱਗਾ ਉਹ ਮੈਨੂੰ ਚੰਗੀ ਲੱਗਦੀ ਹੈ, ਛੋਟੀ ਲਾਲਚਣ ਹੈ, ਲੋਭੀ ਹੈ, ਛੋਟੀ ਨੂੰ ਉੱਥੇ ਇਕੱਲੀ ਨੂੰ ਭੇਜ ਦਿਓ, ਗੋਲੀਆਂ ਦੇ ਦਿਓ, ਇਕੱਲੀ ਬੈਠ ਕੇ 9 ਲੱਖੇ ਹਾਰ ਨਾਲ ਆਨੰਦ ਲਿਆ ਕਰੇਗੀ। ਗੱਜ ਕੇ ਆਖੋ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ। ਕਹਿਣ ਲੱਗੇ ਸ਼ੇਖ ਬ੍ਰਹਮ ਨੂੰ ਮਹਾਰਾਜ ਨੇ ਸਲੋਕ ਸੁਣਾਇਆ। ਸ਼ੇਖ ਬ੍ਰਹਮ ਕਹਿੰਦਾ ਹੈ, ਮਹਾਰਾਜ ਸੇਵਾ ਕੀਤੇ ਕਰਕੇ ਮਿਹਰ ਮਿਲਦੀ ਹੈ ਜਾਂ ਸੇਵਾ ਕਰੀਏ ਫਿਰ ਮਿਹਰ ਮਿਲਦੀ, ਜਾਂ ਮਿਹਰ ਹੋਵੇ ਤਾਂ ਸੇਵਾ ਕਰੀਦੀ? ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ, ਸੇਵਾ ਕਰੇ ਜੋ ਕੰਤ ਕੀ ਕੰਤ ਤਿਸੀ ਕਾ ਹੋਏ। ਹੁਣ ਤੁਹਾਨੂੰ ਸਲੋਕ ਦੀ ਇਸ ਪੰਕਤੀ ਦੇ ਅਰਥ ਪਤਾ ਸੌਖੇ ਲੱਗ ਗਏ ਹੋਣਗੇ। ਸੇਵਾ ਕਰੇ ਜੋ ਕੰਤ ਕੀ ਕੰਤ ਤਿਸੀ ਕਾ ਹੋਏ, ਜਿਹੜੀ ਕੰਤ ਦੀ ਸੇਵਾ ਕਰੇਗੀ ਕੰਤ ਉਹਦਾ ਹੋ ਜਾਏਗਾ। ਬਸ ਇਸੇ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ, ਗਰਬੀ ਕੰਤ ਨਾ ਪਾਈਐ ਭਾਵੇਂ ਖਰੀ ਸਵਾਲਿਓ ਹੋਏ, ਹਉਮੈ ਹੋਵੇ ਹੰਕਾਰ ਹੋਵੇ ਜਿੰਨੀ ਮਰਜ਼ੀ ਸੁੰਦਰ ਹੋਵੇ, ਹੰਕਾਰ ਨਾਲ ਪਤੀ ਨਹੀਂ ਮਿਲਣਾ ਭਾਵੇਂ ਸੁੰਦਰਤਾ ਜਿੰਨੀ ਮਰਜ਼ੀ ਹੋਵੇ। ਮਹਾਰਾਜ ਨੇ ਇਹ ਸਲੋਕ ਜਿਹੜਾ ਉਹ ਉਚਾਰਿਆ। ਹਾਂਜੀ, ਚੌਪਾਈ ਸੁਣੋ ਸ਼ੇਖ ਨਿਸ਼ਚੇ ਮਨ ਜਾਨੋ। ਗੱਜ ਕੇ ਆਖੋ। ਮਹਾਰਾਜ ਕਹਿੰਦੇ ਸ਼ੇਖ ਆਪਣੇ ਮਨ ਵਿੱਚ ਪੱਕਾ ਕਰਕੇ ਜਾਣ ਲੈ, ਸੇਵਾ ਮੂਲ ਸਭਨ ਕੀ ਮਾਨੋ। ਸੇਵਾ ਮੁੱਢ ਹੈ, ਸੇਵਾ ਮੂਲ ਹੈ। ਉਹ ਵੇਖ ਲਓ ਵੱਡੀ ਰਾਣੀ ਰਾਜੇ ਤੋਂ ਦੂਰ ਹੋ ਗਈ ਪਰ ਉਹਨੇ ਸੇਵਾ ਨਹੀਂ ਛੱਡੀ ਜੀ। ਹਾਂਜੀ, ਕਾਲ ਹੈ ਕਾਲ ਹਾਨ ਕਰ ਗਰਬਾ। ਜਿਹੜੇ ਹੰਕਾਰ ਕਰਦੇ ਆ ਕਹਿਣ ਲੱਗੇ ਉਹਨਾਂ ਨੂੰ ਪ੍ਰਾਪਤੀ ਨਹੀਂ ਹੁੰਦੀ। ਸੇਵਾ ਕਰ ਕਰਕੇ ਕਾਲ ਘਾਲੇ ਤੇ ਬੰਦਾ ਆਪਣੇ ਅੰਦਰ ਦੀ ਹਉਮੈ ਦੂਰ ਕਰੇ। ਹਾਂਜੀ, ਤਨ ਮਨ ਕਰੇ ਨਿਵੇਦਨ ਸਰਬਾ। ਆਪਣਾ ਤਨ ਤੇ ਮਨ ਸਭ ਕੁਝ ਖੁਦਾ ਨੂੰ ਸਮਰਪਿਤ ਕਰ ਦੇਵੇ। ਹਾਂਜੀ, ਤਬ ਹੀ ਨਦਰ ਪਰਮੇਸ਼ਵਰ ਹੋਵੇ। ਤਾਂ ਉਸ ਵਾਹਿਗੁਰੂ ਦੀ ਨਦਰ ਹੋਣੀ ਹੈ। ਮਿਹਰ ਦੀ ਦ੍ਰਿਸ਼ਟੀ ਲੈਣਾ ਸੌਖਾ ਸੌਦਾ ਨਹੀਂ ਹੈ,
ਬੰਦਾ ਆ ਕੇ ਵਿਹਲੇ ਬੈਠੇ ਨੂੰ ਮਿਹਰ ਮਿਲ ਜਾਏਗੀ, ਵਿਹਲਿਆਂ ਨੂੰ ਕਦੀ ਮਿਹਰ ਨਹੀਂ ਜੇ ਮਿਲਦੀ ਜੀ। ਉਹ ਤੇ ਕਿਤੇ ਰੇਅਰ ਚਾਂਸ ਹੈ, ਉਹ ਵੀ ਸਾਨੂੰ ਵੇਖਦਾ ਵੀ ਇਹਨੂੰ ਵਿਹਲੇ ਨੂੰ ਮਿਹਰ ਮਿਲੀ ਨਹੀਂ, ਇਹਦੇ ਪਿੱਛੇ ਇਸ ਜਨਮ ਦੀ ਨਹੀਂ ਤੇ ਪਿਛਲੇ ਜਨਮ ਦੀ ਘਾਲਣਾ ਹੁੰਦੀ, ਘਾਲਣਾ ਹੁੰਦੀ ਹੈ ਤਾਂ ਮਿਹਰ ਹੁੰਦੀ ਹੈ। ਮਹਾਰਾਜ ਕਹਿੰਦੇ ਤਬ ਹੀ ਨਦਰ ਪਰਮੇਸ਼ਰ ਹੋਏ, ਜਦੋਂ ਕੋਈ ਘਾਲਣਾ ਘਾਲਦਾ ਫਿਰ ਪਰਮੇਸ਼ਰ ਆਪਣੀ ਨਦਰ ਕਰਦਾ ਹੈ, ਆਪਣੀ ਮਿਹਰ ਦੀ ਦ੍ਰਿਸ਼ਟੀ ਪਾਉਂਦਾ ਹੈ। ਮਹਿਲ ਹਦੂਰ ਬੁਲਾਈਐ ਸੋਏ, ਤੇ ਫਿਰ ਜਿਹੜਾ ਸੇਵ ਕਰਦਾ ਸੇਵਾ ਕਰਦਾ ਨਦਰ ਹੁੰਦੀ ਹੈ, ਫਿਰ ਖੁਦਾ ਉਹਨੂੰ ਆਪਣੇ ਮਹਿਲ ਦੇ ਅੰਦਰ ਸੱਚਖੰਡ ਵਿੱਚ ਪ੍ਰਵਾਨ ਕਰ ਲੈਂਦਾ। ਵਿੱਚ ਦੁਨੀਆ ਸੇਵ ਕਮਾਈਐ ਤਾਂ ਦਰਗਹ ਬੈਸਣ ਪਾਈਐ, ਫਿਰ ਪਰਮੇਸ਼ਰ ਉਹਨਾਂ ਨੂੰ ਦਰਗਾਹ ਵਿੱਚ ਸੱਦ ਲੈਂਦਾ ਹੈ। ਗਰਬ ਕਰੈ ਜੋ ਸੇਵਹਿ ਨਾਹੀ, ਪਰ ਜਿਹੜੇ ਹੰਕਾਰ ਕਰਦੇ ਹੈ ਸੇਵਾ ਨਹੀਂ ਕਰਦੇ। ਸੁੰਦਰ ਬਹੁ ਸਰੂਪ ਤਨ ਆਹੀ, ਸੋਹਣੇ ਜਿੰਨੇ ਮਰਜ਼ੀ ਹੋਣ, ਸੁੰਦਰ ਜਿੰਨੇ ਮਰਜ਼ੀ ਹੋਣ, ਪਰ ਜਿਹੜੇ ਸੇਵਾ ਨਹੀਂ ਕਰਦੇ। ਤੇਹ ਸਮੀਪ ਕੰਤ ਨਹੀਂ ਆਵੈ, ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਸ਼ੇਖ ਬ੍ਰਹਮ ਉਹਦੇ ਕੋਲ ਖੁਦਾ ਪਰਮੇਸ਼ਰ ਪਤੀ ਨਹੀਂ ਆਉਂਦਾ ਜੀ। ਇੱਕ ਪੰਕਤੀ ਹੈ ਮਹਾਰਾਜ ਬਾਣੀ ਚ ਕਹਿੰਦੇ, ਹਰ ਕੇ ਨਾਮ ਬਿਨਾ ਸੁੰਦਰ ਹੈ ਨਕਟੀ, ਹਰ ਕੇ ਨਾਮ ਬਿਨਾ ਸੁੰਦਰ ਹੈ ਨਕਟੀ। ਵਾਹਿਗੁਰੂ ਜੀ ਦਾ ਨਾਮ ਨਹੀਂ ਜਪਦਾ ਸੋਹਣਾ ਬਹੁਤ ਹੈ। ਮਹਾਰਾਜ ਕਹਿੰਦੇ ਸੁੰਦਰਤਾ ਵੀ ਇਸ ਤਰ੍ਹਾਂ ਹੈ ਜਿਵੇਂ ਨੱਕ ਵੱਢਿਆ ਹੋਵੇ ਉਹਦਾ ਜੀ। ਆ ਵਾਹਿਗੁਰੂ ਨੇ ਨੱਕ ਲਾਇਆ ਬੜੀ ਕੀਮਤੀ ਥਾਂ ਤੇ, ਸੁੰਦਰਤਾ ਹੈ। ਨੱਕ ਵੱਢਿਆ ਜਾਵੇ ਸੁੰਦਰਤਾ ਨਾਸ ਹੋ ਜਾਂਦੀ ਹੈ। ਮਹਾਰਾਜ ਕਹਿੰਦੇ ਨਾਮ ਨਹੀਂ ਜਪਦਾ, ਜਿੰਨਾ ਮਰਜ਼ੀ ਸੋਹਣਾ ਹੋਵੇ ਸਮਝੋ ਨੱਕ ਹੀ ਵੱਢਿਆ ਉਹਦਾ। ਕਹੋ ਪ੍ਰੇਮ ਨਾਲ ਵਾਹਿਗੁਰੂ। ਸੋ ਹਜ਼ੂਰ ਗਰੀਬ ਨਵਾਜ਼ ਕਹਿਣ ਲੱਗੇ, ਤੇਹ ਸਮੀਪ ਕੰਤ ਨਹੀਂ ਆਵੈ, ਉਹਦੇ ਕੋਲ ਕੰਤ ਨਹੀਂ ਆਉਂਦਾ। ਗਰਬ ਯੁਕਤ ਨਹਿ ਤੇਹ ਕੋ ਭਾਵੈ ਹੈ, ਹੰਕਾਰ ਕਰਨ ਨਾਲ ਉਹ ਫਿਰ ਪ੍ਰਭੂ ਆਪਣੇ ਪਤੀ ਨੂੰ ਇਸਤਰੀ ਚੰਗੀ ਨਹੀਂ ਲੱਗਦੀ, ਜਦੋਂ ਬੋਲ ਹੀ ਮਾੜੇ ਬੋਲਣੇ ਹੈ। ਹਾਂਜੀ, ਛੁੱਟੜ ਮਹਿਲਾ ਹੋਵੈ ਸੋ ਦੁਹਾਗਣ, ਉਹੀ ਗੱਲ ਹੋ ਗਈ ਨਾ, ਛੋਟੀ ਰਾਣੀ ਨੂੰ ਛੱਡਤਾ ਨਾ ਰਾਜੇ ਨੇ। ਮਹਾਰਾਜ ਕਹਿੰਦੇ ਜਿਹੜਾ ਹੰਕਾਰ ਕਰਦਾ ਸੇਵਾ ਨਹੀਂ ਕਰਦਾ, ਛੁੱਟੜ ਮਹਿਲਾ ਹੋਇਆ ਸੋ ਦੁਹਾਗਣ, ਉਹ ਛੁੱਟੜ ਇਸਤਰੀ ਵਾਂਗੂ ਤੁਰਿਆ ਫਿਰਦਾ ਹੈ, ਕੋਈ ਮਿਹਰ ਨਹੀਂ ਹੁੰਦੀ ਜੀ। ਹਾਂਜੀ, ਨਿਰਹੰਕਾਰ ਸਦੀਵ ਸੁਹਾਗਣ, ਜਿਹੜੇ ਨਿਰਹੰਕਾਰ ਹੈ ਕਹਿਣ ਲੱਗੇ ਨਿਮਾਣੇ ਹੈ ਸੇਵਾ ਭਾਵਨਾ ਵਾਲੇ ਹੈ, ਉਹ ਸਦਾ ਸੁਹਾਗਣ ਰਹਿੰਦੇ ਹੈ, ਜਿਵੇਂ ਵੱਡੀ ਰਾਣੀ ਸੀ। ਹਾਂਜੀ, ਦੋਹਰਾ ਸੇਵਾ ਤੇ ਸਾਹਿਬ ਬਸੀ ਦੇਖੈ ਕਰੁਣਾ ਡੀਠ। ਅਖੀਰ ਫਿਰ ਮਹਾਰਾਜ ਨੇ ਗੱਲ ਖੋਲ ਕੇ ਹੀ ਦੱਸ ਦਿੱਤੀ। ਮਹਾਰਾਜ ਕਹਿੰਦੇ ਸ਼ੇਖ ਬ੍ਰਹਮ ਸੇਵਾ ਕਰਕੇ ਪਰਮੇਸ਼ਰ ਸਾਹਿਬ ਵਸ ਵਿੱਚ ਹੁੰਦਾ ਤਾਂ ਮਿਹਰ ਦੀ ਨਿਗਾਹ ਮਿਲਦੀ ਹੈ, ਤਾਂ ਮਿਹਰ ਦੀ ਨਿਗਾਹ ਮਿਲਦੀ ਹੈ। ਸੇਵਾ ਕਰੀ ਜੋ ਕੰਤ ਕੀ ਕੰਤ ਤਿਸੀ ਕਾ ਹੋਏ, ਜਿਹੜੇ ਸੇਵਾ ਕਰਦੇ ਕੰਤ ਉਹਦਾ ਹੀ ਹੁੰਦਾ ਹੈ। ਹਾਂਜੀ, ਸੁਖ ਸੁਹਾਗ ਮਾਣੈ ਸਦਾ ਮਿਲਤ ਆਪਣੇ ਈਠ, ਉਹੋ ਹੀ ਸੁਖ ਸੁਹਾਗ ਇਸਤਰੀਆਂ ਮਾਣਦੀਆਂ ਨੇ ਜਿਹੜੀਆਂ ਸੇਵਾ ਕਰਦੀਆਂ, ਇਸੇ ਤਰ੍ਹਾਂ ਅਧਿਆਤਮ ਦੀ ਖੇਡ ਹੈ। ਹਾਂਜੀ, ਚੌਪਈ ਸੁਨੇ ਬਚਨ ਸ਼੍ਰੀ ਗੁਰ ਕੇ ਜਬ ਹੀ ਕਰ ਦਵੈ ਪਦ ਪਰ ਲਾਏ ਤਬ ਹੀ, ਜਦੋਂ ਧੰਨ ਗੁਰੂ ਨਾਨਕ ਸਾਹਿਬ ਮੇਰੇ ਮਾਲਕ ਸੱਚੇ ਪਾਤਸ਼ਾਹ ਦੇ ਐਸੇ ਬਚਨ ਸੁਣੇ ਨਾ ਜੀ ਸ਼ੇਖ ਬ੍ਰਹਮ ਨੇ, ਉਹਦਾ ਮਨ ਸ਼ਾਂਤ ਹੋ ਗਿਆ। ਉਹਨੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਅੱਗੇ ਦੋਵੇਂ ਹੱਥ ਜੋੜ ਲਏ, ਕਰ ਦਵੈ ਪਦ ਪਰ ਲਾਏ ਤਬ ਹੀ ਪਹਿਲਾਂ ਨਮਸਕਾਰ ਕੀਤੀ, ਦੋਵਾਂ ਹੱਥਾਂ ਨਾਲ ਗੁਰੂ ਨਾਨਕ ਸਾਹਿਬ ਦੇ ਚਰਨ ਫੜ ਲਏ ਜੀ ਉਹਨੇ। ਇਹ ਸ਼ੇਖ ਬ੍ਰਹਮ ਕੌਣ ਹੈ? ਸ਼ੇਖ ਬ੍ਰਹਮ ਧੰਨ ਬਾਬਾ ਫਰੀਦ ਸਾਹਿਬ ਜੀ ਦੀ ਗੱਦੀ ਤੇ ਬੈਠਾ ਹੋਇਆ ਮਾਲਕ ਹੈ, ਧੰਨ ਗੁਰੂ ਨਾਨਕ ਸਾਹਿਬ ਦੇ ਚਰਨ ਫੜ ਲਏ। ਹਾਂਜੀ, ਪੁੰਨ ਸਿਰ ਮਸਤਕ ਮੁਖ ਪਰ ਫੇਰੇ, ਫਿਰ ਉਹ ਚਰਨ ਵਾਹਿਗੁਰੂ ਪਕੜੇ,
ਉਹ ਹੱਥ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਾਲੇ ਉਹਨੇ ਆਪਣੇ ਮੁੱਖ 'ਤੇ ਫੇਰੇ ਜੀ, ਮੁੱਖ 'ਤੇ ਫੇਰੇ। ਹੁਣ ਹੁਣ ਬੜੀ ਕੱਟੜਤਾ ਸਿਖਾਈ ਜਾਂਦੀ ਜੀ। ਆਹ ਵੇਖ ਲਓ, ਸ਼ੇਖ ਬ੍ਰਹਮ ਪੀਰ ਹੋ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਨੂੰ ਹੱਥ ਲਾ ਕੇ ਮੁੱਖ 'ਤੇ ਫੇਰਦੇ ਜੀ। ਹਾਂਜੀ, ਧੰਨ ਭਾਗ ਆਪਣੇ ਵਡਹੇਰੇ, ਧੰਨ ਭਾਗ ਮਹਾਰਾਜ ਮੇਰੇ ਧੰਨ ਭਾਗ ਨੇ, ਅੱਜ ਮੈਂ ਵੱਡਿਆਂ ਭਾਗਾਂ ਵਾਲਾ ਹੋ ਗਿਆ। ਹਾਂਜੀ, ਮਿਲਿਓ ਖੁਦਾਏ ਨਾ ਸੰਸਾ ਕੋਈ। ਉਹ ਚੇਲੇ ਨੇ ਕਿਹਾ ਸੀ ਨਾ, ਉਸਤਾਦ ਜੀ ਇੱਕ ਵਾਰੀ ਚੱਲ ਕੇ ਵੇਖੋ, ਜਾਂ ਤੇ ਖੁਦਾ ਦਾ ਨੂਰ ਹੈ ਜਾਂ ਆਪ ਹੀ ਖੁਦਾ ਹੈ। ਸ਼ੇਖ ਬ੍ਰਹਮ ਕਹਿਣ ਲੱਗੇ, ਮਹਾਰਾਜ ਹੁਣ ਤੇ ਸ਼ੱਕ ਹੀ ਕੋਈ ਨਹੀਂ ਰਹਿ ਗਿਆ, ਮਹਾਰਾਜ ਤੁਸੀਂ ਤੇ ਆਪ ਹੀ ਖੁਦਾ ਹੋ, ਆਪ ਹੀ ਪਰਮੇਸ਼ਰ। ਬੋਲਿਓ ਬਹੁਤ ਖਤਾ ਮੁਰ ਹੋਈ। ਮੈਂ ਤੁਹਾਡੇ ਅੱਗੇ ਬੋਲਦਾ ਰਿਹਾ, ਤੁਸੀਂ ਖੁਦਾ ਹੋ, ਮੈਂ ਤੁਹਾਨੂੰ ਗਿਆਨ ਧਿਆਨ ਸੁਣਾਉਂਦਾ ਰਿਹਾ, ਮਹਾਰਾਜ ਮੇਰੇ ਕੋਲ ਭੁੱਲ ਹੋ ਗਈ ਹੈ, ਮੈਨੂੰ ਬਖਸ਼ ਲਓ। ਹਾਂਜੀ, ਬਖਸ਼ੋ ਅਬ ਕਰੁਣਾ ਕਰ ਸੋ। ਸ਼ੇਖ ਬ੍ਰਹਮ ਮਹਾਰਾਜ ਨੂੰ ਕਹਿ ਰਿਹਾ, ਮਹਾਰਾਜ ਮੈਨੂੰ ਬਖਸ਼ ਲਓ, ਮੇਰੇ ਤੇ ਮਿਹਰ ਕਰ ਦਿਓ। ਤੁਮ ਤੇ ਉਪਰ ਅਵਰ ਨਾ ਕੋਈ, ਤੁਹਾਡੇ ਤੋਂ ਵੱਡਾ ਹੋਰ ਕੋਈ ਵੀ ਨਹੀਂ ਹੈ। ਇਹ ਕੋਈ ਮਾੜਾ ਮੋਟਾ ਬੰਦਾ ਨਹੀਂ ਸ਼ੇਖ ਬ੍ਰਹਮ, ਬਾਬਾ ਫਰੀਦ ਸਾਹਿਬ ਜੀ ਦੀ ਗੱਦੀ ਤੇ ਬੈਠਾ ਹੈ। ਉਹ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਕੇ ਗੁਰੂ ਨਾਨਕ ਸਾਹਿਬ ਨੂੰ ਪਰਸ ਕੇ ਉਹ ਕਹਿ ਰਿਹਾ, ਗੁਰੂ ਨਾਨਕ ਸਾਹਿਬ ਤੁਹਾਡੇ ਤੋਂ ਵੱਡਾ ਇਸ ਦੁਨੀਆਂ ਵਿੱਚ ਕੋਈ ਨਹੀਂ ਹੈ। ਸਭ ਤੇ ਵੱਡਾ ਸਤਿਗੁਰ ਨਾਨਕ, ਸਭ ਤੇ ਵੱਡਾ ਸਤਿਗੁਰ ਨਾਨਕ, ਤੇ ਵੱਡਾ ਸਤਿਗੁਰ ਨਾਨਕ, ਸਭ ਤੇ ਵੱਡਾ ਸਤਿਗੁਰ, ਸਭ ਤੇ ਵੱਡਾ ਸਤਿਗੁਰ ਨਾਨਕ, ਸਭ ਤੇ ਵੱਡਾ ਸਤਿਗੁਰ ਨਾਨਕ, ਤੇ ਵੱਡਾ ਸਤਿਗੁਰ ਨਾਨਕ, ਸਭ ਤੇ ਵੱਡਾ ਸਤਿਗੁਰ ਨਾਨਕ। ਤੁਸੀਂ ਇੱਕ ਹਿਸਾਬ ਲਾਓ ਵੀ ਸ਼ੇਖ ਬ੍ਰਹਮ ਉਹ ਮਹਾਰਾਜ ਦੀ ਸਿਫਤ ਕਰਦਾ, ਧੰਨ ਗੁਰੂ ਨਾਨਕ ਸਾਹਿਬ ਨੂੰ ਸ਼ੇਖ ਬ੍ਰਹਮ ਜੀ ਵੱਡਾ ਕਹਿ ਰਹੇ ਹੈ, ਤੁਹਾਡੇ ਤੋਂ ਵੱਡਾ ਹੈ ਕੋਈ ਨੀ। ਅਸੀਂ ਗੁਰੂ ਨਾਨਕ ਸਾਹਿਬ ਦੇ ਸਿੱਖ ਹਾਂ ਤਾਂ ਵੀ ਜ਼ੋਰ ਲਾ ਕੇ ਨਹੀਂ ਕਹਿੰਦੇ ਜੀ, ਗੁਰ ਕੀਰਤ ਕੋ ਅਫਰੋਖ ਕਰੇ, ਗੁਰੂ ਦੀ ਕੀਰਤੀ ਗੁਰੂ ਦੇ ਸਾਹਮਣੇ ਕਰਨੀ ਚਾਹੀਦੀ ਹੈ, ਬਾਰ ਬਾਰ ਕਰਨੀ ਚਾਹੀਦੀ ਹੈ, ਰੱਜ ਕੇ ਕਰਨੀ ਚਾਹੀਦੀ ਹੈ। ਜਿੰਨੀ ਸਤਿਗੁਰੂ ਦੀ ਸਿਫਤ ਕਰੋਗੇ ਓਨਾ ਤੁਹਾਡਾ ਭਲਾ ਹੋਏਗਾ। ਗੱਦ ਕੇ ਆਖੋ, ਸਭ ਤੇ ਵੱਡਾ ਸਤਿਗੁਰ ਨਾਨਕ, ਸਭ ਤੇ ਵੱਡਾ ਸਤਿਗੁਰ ਨਾਨਕ, ਸਭ ਤੇ ਵੱਡਾ ਸਤਿਗੁਰ ਨਾਨਕ, ਸਭ ਤੇ ਵੱਡਾ ਸਤਿਗੁਰ ਨਾਨਕ। ਗੱਜ ਕੇ, ਸਭ ਤੇ ਵੱਡਾ ਸਤਿਗੁਰ ਨਾਨਕ, 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 ਵੱਡੇ ਮੇਰੇ ਸਾਹਿਬਾ, ਵੱਡੇ ਮੇਰੇ ਸਾਹਿਬਾ, ਵੱਡੇ ਮੇਰੇ ਸਾਹਿਬਾ, ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਗਹਿਰ ਗੰਭੀਰਾ ਗੁਣੀ ਗਹੀਰਾ, ਤੇਰਾ ਚੇਤਾ ਫਿਰ ਵਿਚੀਰਾ,
ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੇਤਾ ਕੇਵੜ ਚੀਰਾ। ਧੰਨ ਗੁਰੂ ਨਾਨਕ ਸਾਹਿਬ ਵੱਡੇ ਹੈ। ਸ਼ੇਖ ਬ੍ਰਹਮ ਨੇ ਹੱਥ ਜੋੜ ਲਏ, ਚਰਨ ਫੜ ਲਏ, ਹੱਥਾਂ ਨੂੰ ਮੁੱਖ ਤੇ ਲਾਏ, ਮਹਾਰਾਜ ਨੂੰ ਆਖਿਆ ਮਹਾਰਾਜ ਮੈਨੂੰ ਪਤਾ ਲੱਗ ਗਿਆ ਤੁਸੀਂ ਸਭ ਤੋਂ ਵੱਡੇ ਹੋ। ਹਾਂਜੀ, ਸਨਮੁਖ ਉਚਰੇ ਬਚਨ ਕਨੇਰੇ, ਮਹਾਰਾਜ ਮੈਂ ਤੁਹਾਡੇ ਸਨਮੁਖ ਬੜੇ ਬਚਨ ਕੀਤੇ, ਮਾਫੀ ਬਖਸ਼ਿਓ। ਇਸ ਤਰੀਕੇ ਨਾਲ ਬੜੇ ਚੰਗੇ ਬਚਨ ਸ਼ੇਖ ਬ੍ਰਹਮ ਮਹਾਰਾਜ ਜੀ ਦੀ ਸਿਫਤ ਵਿੱਚ ਕਰਦੇ ਹਨ। ਆਪ ਮੁਝ ਜਾਨੋ ਸਮ ਨਿਜ ਚੇਰੇ, ਸ਼ੇਖ ਬ੍ਰਹਮ ਬਾਬਾ ਫਰੀਦ ਸਾਹਿਬ ਦੀ ਗੱਦੀ ਦੇ ਮਾਲਕ ਧੰਨ ਗੁਰੂ ਨਾਨਕ ਸਾਹਿਬ ਆਪ ਪਰਮੇਸ਼ਰ ਨੂੰ ਹੱਥ ਜੋੜ ਕੇ ਕਹਿਣ ਲੱਗੇ ਮਹਾਰਾਜ ਅੱਜ ਤੋਂ ਮੈਂ ਵੀ ਤੁਹਾਡਾ ਸਿੱਖ ਹਾਂ। ਕੱਲ ਬੇਨਤੀ ਕੀਤੀ ਗੁਰੂ ਨਾਨਕ ਸਾਹਿਬ ਦੇ ਵੇਲੇ ਸਿੱਖਾਂ ਦੀ ਗਿਣਤੀ ਬਹੁਤ ਹੋ ਗਈ ਸੀ, ਸਾਡੀ ਕੱਟੜਤਾ ਨੇ ਘਟਾ ਦਿੱਤੀ ਜੀ। ਹਾਂਜੀ, ਸ਼ੇਖ ਨਿਕਟ ਤੇ ਸੁਣ ਕਰ ਬਾਣੀ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਗਰੀਬ ਨਵਾਜ ਜੀ, ਸ਼ੇਖ ਨਿਕਟ ਤੇ ਸੁਣ ਕਰ ਬਾਣੀ, ਸ਼ੇਖ ਦੇ ਕੋਲੋਂ ਬਚਨ ਸੁਣ ਕੇ ਇੱਕ ਸ਼ਲੋਕ ਉਚਰਿਓ ਗੁਣ ਖਾਣੀ, ਮਹਾਰਾਜ ਨੇ ਇੱਕ ਸ਼ਲੋਕ ਉਚਾਰਿਆ ਉਹ ਸੁਣੋ। ਸ਼ਲੋਕ ਮਹੱਲਾ ਪਹਿਲਾ, ਰੂਪੈ ਕਾਮੈ ਦੋਸਤੀ ਭੁੱਖੈ ਸਾਦੇ ਗੰਢ। ਜਿਵੇਂ ਰੂਪੈ ਕਾਮੈ ਦੋਸਤੀ, ਕੱਜ ਕੇ ਆਖੋ, ਰੂਪ ਨਾਲ ਕਾਮੀ ਪੁਰਸ਼ ਦੀ ਦੋਸਤੀ ਹੁੰਦੀ ਹੈ, ਭੁੱਖੇ ਨੂੰ ਸਵਾਦਾਂ ਦੇ ਨਾਲ ਉਹਦੀ ਦੋਸਤੀ ਹੁੰਦੀ ਹੈ। ਹਾਂਜੀ, ਲੱਭੈ ਮਾਲੈ ਘੁਲ ਮਿਲ ਮਿਚਲੈ, ਉਗੈ ਉਸੰਗ ਪਲੰਘ। ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਲੱਭੈ ਭਾਵ ਲੱਭੀ ਪੁਰਸ਼, ਲੋਭੀ ਪੁਰਸ਼, ਉਹ ਲੋਭੀ ਆਦਮੀ ਦੌਲਤ ਨਾਲ ਘੁਲ ਮਿਲ ਜਾਂਦਾ, ਉਹਦਾ ਦੌਲਤ ਨਾਲ ਪਿਆਰ ਹੁੰਦਾ। ਤੇ ਕਹਿਣ ਲੱਗੇ ਉਂਗੇ ਸੌੜ ਪਲੰਘ, ਜਿਹਨੂੰ ਨੀਂਦ ਆਉਂਦੀ ਉਹਨੂੰ ਤੇ ਬੈੱਡ ਹੀ ਚੰਗਾ ਲੱਗਦਾ ਹੈ ਨਾ, ਉਹਨੂੰ ਪਲੰਘ ਚੰਗਾ ਲੱਗਦਾ। ਹਾਂਜੀ, ਭੌਂਕੈ ਕੋਪ ਖੁਆਰ ਹੋਏ, ਫੱਕੜ ਪਿਟੈ ਅੰਧ। ਮਹਾਰਾਜ ਕਹਿਣ ਲੱਗੇ ਕ੍ਰੋਧੀ ਬੰਦਾ ਉਹਨੂੰ ਹੋਰ ਕੁਝ ਨੀ ਚੰਗਾ ਲੱਗਦਾ, ਕ੍ਰੋਧ ਚਾ ਕੇ ਭੌਂਕਦਾ ਹੈ, ਉੱਚੀ ਉੱਚੀ ਬੋਲਦਾ ਹੈ, ਗੁੱਸਾ ਕੱਢਦਾ ਹੈ ਲੋਕਾਂ ਦੇ ਨਾਲ। ਭੌਂਕੈ ਕੋਪੇ ਖੁਆਰ ਹੋਏ, ਖੁਆਰ ਹੁੰਦਾ ਤੇ ਫੱਕੜ ਪਿੱਟੇ ਅੰਧ, ਗੱਜ ਕੇ ਆਖੋ ਵਾਹਿਗੁਰੂ। ਬਾਅਦ ਵਿੱਚ ਮਹਾਰਾਜ ਕਹਿੰਦੇ ਅੰਨਾ ਵਿਅਰਥ ਕੰਮਾਂ ਵਿੱਚ ਤਬਾਹ ਹੁੰਦਾ। ਹਾਂਜੀ, ਚੁੱਪੈ ਚੰਗਾ ਨਾਨਕਾ, ਵਿਣ ਨਾਵੇਂ ਮੋਹ ਗੰਧ। ਬਸ ਕਹਿਣ ਲੱਗੇ ਇਸੇ ਤਰ੍ਹਾਂ ਜਿਵੇਂ ਕਾਮੀ ਨੂੰ ਰੂਪ ਚੰਗਾ ਲੱਗਦਾ ਹੈ, ਮਹਾਰਾਜ ਕਹਿਣ ਲੱਗੇ ਜਿਵੇਂ ਭੁੱਖੇ ਨੂੰ ਸਵਾਦ ਦੇ ਸਵਾਦਿਸ਼ਟ ਪ੍ਰਸ਼ਾਦੇ ਚੰਗੇ ਲੱਗਦੇ ਹੈ, ਜਿਵੇਂ ਲੋਭੀ ਨੂੰ ਧਨ ਚੰਗਾ ਲੱਗਦਾ ਹੈ, ਨੀਂਦਰਾ ਵਾਲੇ ਪੁਰਸ਼ ਨੂੰ ਪਲੰਘ ਚੰਗਾ ਲੱਗਦਾ ਹੈ, ਕ੍ਰੋਧੀ ਨੂੰ ਬੋਲਣਾ ਚੰਗਾ ਲੱਗਦਾ ਹੈ। ਮਹਾਰਾਜ ਕਹਿੰਦੇ ਰੱਬ ਦੇ ਪਿਆਰੇ ਨੂੰ ਵਾਹਿਗੁਰੂ ਦਾ ਰੱਬ ਦਾ ਨਾਮ ਹੀ ਚੰਗਾ ਲੱਗਦਾ ਹੈ। ਚੁੱਪੈ ਚੰਗਾ ਨਾਨਕਾ, ਬਿਣ ਨਾਵੈ ਮੋਹੇ ਗੰਧ। ਚੁੱਪ ਹੋਵੇ ਅੰਦਰ ਭਾਵ ਨਾਮ ਹੋਵੇ ਅੰਦਰ ਵਾਹਿਗੁਰੂ ਜੀ ਦਾ, ਉਹ ਵਧੀਆ ਹੈ। ਨਾਮ ਤੋਂ ਬਗੈਰ ਸ਼ੇਖ ਬ੍ਰਹਮ ਨੂੰ ਸੱਚੇ ਪਾਤਸ਼ਾਹ ਕਹਿਣ ਲੱਗੇ ਜਿੰਨੀਆਂ ਗੱਲਾਂ ਕਰਨੀਆਂ ਸਾਰਾ ਹੀ ਗੰਦ ਹੈ, ਸਾਰਾ ਹੀ ਗੰਦ ਹੈ। ਹੁਣ ਆਪਾਂ ਅੰਦਾਜ਼ਾ ਲਾ ਲਈਏ ਸਾਧ ਸੰਗਤ ਦਿਹਾੜੀ 'ਚ ਕਿੰਨਾ ਵਿਅਰਥ ਬੋਲਦੇ ਹੈ, ਤੇ ਕਈ ਵਾਰੀ ਸੋਚੋ ਵੀ ਜਿੰਨਾ ਬੋਲਦੇ ਓਨੀ ਲੋੜ ਹੁੰਦੀ ਹੈ, ਐਵੇਂ ਬੋਲੀ ਜਾਂਦੇ ਹੈ, ਵਿਅਰਥ ਬੋਲੀ ਜਾਂਦੇ ਹੈ। ਜਿੰਨਾਂ ਗੱਲਾਂ ਦਾ ਕੋਈ ਮਤਲਬ ਨਹੀਂ ਹੈ ਉਹ ਗੱਲਾਂ ਵੀ ਬੰਦਾ ਕਰਦਾ, ਬੋਲਣ ਨਾਲ ਸਭ ਤੋਂ ਵੱਧ ਐਨਰਜੀ ਵੇਸਟ ਹੁੰਦੀ ਹੈ। ਮਹਾਰਾਜ ਨੇ ਕਿਹਾ ਚੁੱਪੈ ਚੰਗਾ ਨਾਨਕਾ, ਚੁੱਪੈ ਚੰਗਾ ਨਾਨਕਾ, ਵਿਣ ਨਾਵੈ ਮੋਹੇ ਗੰਧ। ਚੁੱਪੀ ਚੰਗੀ ਹੈ, ਪਰਮੇਸ਼ਰ ਦਾ ਨਾਮ, ਵਾਹਿਗੁਰੂ ਦਾ ਨਾਮ ਮੁੱਖ ਵਿੱਚ ਚੰਗਾ ਹੈ। ਨਾਮ ਤੋਂ ਬਗੈਰ ਜਿੰਨੀਆਂ ਗੱਲਾਂ ਨੇ ਸਾਰੀਆਂ ਗੰਦ ਹੀ ਨੇ, ਸਭ ਵਿਅਰਥ ਹੀ ਹਨ। ਹਾਂਜੀ, ਦੋਹਰਾ ਰੂਪ ਕਾਮ ਲੱਭ ਮਾਲ ਕੀ ਰਤ ਜਿਉ ਨੀਂਦ ਪਲੰਘ। ਜੋ ਆਖਿਆ ਕਵੀ ਸੰਤੋਖ ਸਿੰਘ ਜੀ ਨੇ ਦੋਹਰੇ ਚ ਲਿਖਿਆ ਜੀ, ਕਹਿੰਦੇ ਕਾਮੀ ਨੂੰ ਰੂਪ ਚੰਗਾ ਲੱਗਦਾ, ਲੋਭੀ ਨੂੰ ਧਨ ਚੰਗਾ ਲੱਗਦਾ,
ਨਿੰਦਰਾਵਲੇ ਪੁਰਸ਼ ਨੂੰ ਪਲੰਘ ਚੰਗਾ ਲੱਗਦਾ। ਹਾਂਜੀ, ਤਿਉਂ ਭਗਤਨ ਕੀ ਹੈ ਸਦਾ ਹਰ ਚਰਚਾ ਕੇ ਸੰਗ। ਕਹਿੰਦੇ ਇਸੇ ਤਰ੍ਹਾਂ ਰੱਬ ਦੇ ਪਿਆਰਿਆਂ ਨੂੰ ਕਥਾ ਹੀ ਚੰਗੀ ਲੱਗਦੀ ਹੈ, ਰੱਬ ਦੇ ਪਿਆਰਿਆਂ ਨੂੰ ਕਥਾ ਚੰਗੀ ਲੱਗਦੀ, ਪਰਮੇਸ਼ਰ ਦੀ ਚਰਚਾ ਚੰਗੀ ਲੱਗਦੀ ਹੈ। ਹਾਂਜੀ, ਚੌਪਾਈ ਤੁਮਰੇ ਬਚਨ ਮੋਹੇ ਮਨ ਭਾਵੈ ਹੈ। ਮਹਾਰਾਜ ਕਹਿਣ ਲੱਗੇ ਤੇਰੀਆਂ ਗੱਲਾਂ ਮੈਨੂੰ ਬੜੀਆਂ ਚੰਗੀਆਂ ਲੱਗ ਰਹੀਆਂ ਸ਼ੇਖ ਬ੍ਰਹਮ ਨੂੰ, ਕਿਉਂਕਿ ਉਹ ਨਾਮ ਦੀਆਂ ਗੱਲਾਂ ਕਰਦਾ ਨਾ, ਖੁਦਾ ਦੀਆਂ ਗੱਲਾਂ ਕਰਦਾ, ਪਰਮੇਸ਼ਰ ਦੀਆਂ ਗੱਲਾਂ ਕਰਦਾ। ਹਾਂਜੀ, ਚਾਹੇ ਸੋ ਬੁੱਝੋ ਬਹੁਰ ਬਤਾਵੈ ਹੈ। ਮਹਾਰਾਜ ਖੁੱਲੇ ਕਪਾਟ ਖੋਲਦੇ, ਮਹਾਰਾਜ ਕਹਿੰਦੇ ਸ਼ੇਖ ਬ੍ਰਹਮ ਜੋ ਪੁੱਛਣਾ ਹੀ ਪੁੱਛ ਲੈ, ਅਸੀਂ ਸਾਰਾ ਕੁਝ ਹੀ ਦੱਸਾਂਗੇ। ਕਿੰਨੇ ਖੁਸ਼ ਹੋ ਗਏ ਜੀ ਉਹਦੇ ਤੇ, ਧੰਨ ਗੁਰੂ ਨਾਨਕ ਸਾਹਿਬ, ਜੋ ਪੁੱਛਣਾ ਪੁੱਛ। ਹਾਂਜੀ, ਸੁਣ ਇਉਂ ਸ਼ੇਖ ਬਹੁਰ ਗਤ ਗਾਥਾ। ਸੁਣ ਇਉਂ ਸ਼ੇਖ ਬਹੁਰ ਹਰ ਗਾਥਾ। ਜਿਸ ਜਦੋਂ ਸ਼ੇਖ ਨੇ ਇਹ ਬਚਨ ਸੁਣੇ, ਉਹਨੇ ਹੋਰ ਪਰਮੇਸ਼ਰ ਦੀਆਂ ਗੱਲਾਂ ਕਰਤ ਭਇਓ ਸ਼੍ਰੀ ਨਾਨਕ ਸਾਥਾ ਮਹਾਰਾਜ ਨਾਲ ਕੀਤੀਆਂ ਤੇ ਖੁਸ਼ ਹੋ ਗਿਆ ਜੀ। ਉਹਨੇ ਬੜੀਆਂ ਹੀ ਪਰਮੇਸ਼ਰ ਦੀਆਂ ਬਾਤਾਂ ਕੀਤੀਆਂ ਜੀ। ਹਾਂਜੀ, ਆਹ ਸਲੋਕ ਗ੍ਰੰਥ ਜੀ ਮਾਹੀ। ਉਹ ਸਾਰੇ ਸਲੋਕ ਜਿਹੜੇ ਗੁਰੂ ਨਾਨਕ ਸਾਹਿਬ ਜੀ ਨੇ ਸ਼ੇਖ ਬ੍ਰਹਮ ਨਾਲ ਉਚਾਰੇ, ਸ਼ੇਖ ਬ੍ਰਹਮ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਬਾਬਾ ਫਰੀਦ ਸਾਹਿਬ ਜੀ ਦੀ ਬਾਣੀ ਚੋਂ ਜਿਹੜੇ ਸਲੋਕ ਪੁੱਛੇ, ਕਵੀ ਸੰਤੋਖ ਸਿੰਘ ਕਹਿੰਦੇ ਆਹ ਸਲੋਕ ਗ੍ਰੰਥ ਜੀ ਮਾਹੀ। ਜੋੜੋ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਹੱਥ, ਆਖੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਕਹਿੰਦੇ ਉਹ ਸਾਰੇ ਸਲੋਕ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਵਿੱਚ ਦਰਜ ਹਨ। ਹਾਂਜੀ, ਕਥਾ ਬਡਨ ਤੇ ਬਰਨੇ ਨਾਹੀ। ਕਵੀ ਸੰਤੋਖ ਸਿੰਘ ਕਹਿੰਦੇ ਮੈਂ ਤਾਂ ਨੀ ਲਿਖੇ, ਕਥਾ ਬੜੀ ਵੱਡੀ ਹੋ ਜਾਣੀ ਸੀਗੀ ਸ਼ੇਖ ਬ੍ਰਹਮ ਇਕੱਲੇ ਦੀ, ਕਥਾ ਬਡਨ ਤੇ ਬਰਨੇ ਨਾਹੀ, ਮੈਂ ਤਾਂ ਨੀ ਲਿਖੇ, ਇਹੋ ਹੀ ਕਥਾ ਬੜੀ ਲੰਮੀ ਹੋ ਜਾਣੀ ਸੀ। ਹਾਂਜੀ, ਆਸਾ ਵਾਰ ਕਸ਼ੁਕ ਤਹਿ ਕੀਨੀ। ਆਸਾ ਦੀ ਵਾਰ ਦਾ ਕੁਝ ਭਾਗ ਸੱਚੇ ਪਾਤਸ਼ਾਹ ਜੀ ਨੇ ਸ਼ੇਖ ਬ੍ਰਹਮ ਦੇ ਨਾਲ ਉਚਾਰਨ ਕੀਤਾ ਜੀ। ਸ਼ੇਖ ਬ੍ਰਹਮ ਨਾਲ ਗੱਲਾਂ ਬਾਤਾਂ ਹੁੰਦੀਆਂ, ਚਰਚਾ ਹੁੰਦੀ, ਆਸਾ ਦੀ ਵਾਰ ਦਾ ਕੁਝ ਭਾਗ ਗੁਰੂ ਨਾਨਕ ਸਾਹਿਬ ਨੇ ਉੱਥੇ ਉਚਾਰਿਆ। ਅਤਿ ਉੱਤਮ ਪਦਵੀ ਤਹਿ ਦੀਨੀ। ਅਖੀਰ ਸ਼ੇਖ ਬ੍ਰਹਮ ਨੂੰ ਅਤ ਉੱਤਮ ਪਦਵੀ ਬਖਸ਼ਿਸ਼ ਕੀਤੀ ਮਹਾਰਾਜ ਨੇ, ਉਹਦੇ ਤੇ ਮਿਹਰ ਕੀਤੀ, ਬਖਸ਼ਿਸ਼ ਕੀਤੀ। ਮੈਂ ਇੱਕ ਵੀਡੀਓ ਵੇਖ ਰਿਹਾ ਸਾਂ, ਜਿੱਥੇ ਜਿੱਥੇ ਜਾਂਦੇ ਰਹੇ ਮਹਾਰਾਜ ਬਖਸ਼ਿਸ਼ਾਂ ਵੰਡਦੇ ਰਹੇ। ਇੱਕ ਕੜਾ ਪਰਿਵਾਰ ਨੂੰ ਦੇ ਕੇ ਗਏ ਮਹਾਰਾਜ, ਅੱਜ ਵੀ ਉਸ ਪਰਿਵਾਰ ਵਿੱਚ ਹੈ। ਉੜੀਸਾ ਦੇ ਵਿੱਚ ਅੱਗੇ ਜਾ ਕੇ ਇੱਕ ਪਿੰਡ ਹੈ, ਉਸ ਪਿੰਡ ਵਿੱਚ ਹਿੰਦੂ ਪਰਿਵਾਰ ਦੀ, ਪਰ ਉਹ ਆਪਣੇ ਆਪ ਨੂੰ ਸਿੱਖ ਖਵਾਉਂਦੇ ਮਹਾਰਾਜ ਦੇ ਜੀ। ਉਹਨਾਂ ਨੂੰ ਕੜਾ ਸਾਂਭਿਆ ਤੇ ਉਹ ਮੇਰੇ ਕੋਲ ਵੀਡੀਓ ਤੁਸੀਂ ਵੇਖ ਸਕਦੇ ਹੋ, ਔਰ ਉਹ ਬੰਦਾ ਮੂਲ ਮੰਤਰ ਦਾ ਪਾਠ ਸੁਣਾਉਂਦਾ ਜੀ ਉੱਧਰ ਦੀ ਭਾਸ਼ਾ ਨਾਲ, ਦਸ ਪਾਤਸ਼ਾਹੀਆਂ ਦੇ ਨਾਮ ਵਿੱਚ ਇੱਕ ਕਾਵਿ ਸੁਣਾਉਂਦਾ ਜੀ, ਬੜਾ ਸੋਹਣਾ ਜੀ। ਬੜੀ ਬੜੀ ਦੂਰ ਬਖਸ਼ਿਸ਼ਾਂ ਕਰਕੇ ਆਏ ਸ਼ੇਖ ਬ੍ਰਹਮ ਦੇ ਉੱਤੇ ਵੀ ਮਹਾਰਾਜ ਨੇ ਮਿਹਰ ਕੀਤੀ, ਸ਼ੇਖ ਬ੍ਰਹਮ ਨੂੰ ਅਤ ਉੱਤਮ ਪਦਵੀ ਬਖਸ਼ਿਸ਼ ਕਰ ਦਿੱਤੀ, ਵਾਹਿਗੁਰੂ ਜੀ ਦਾ ਨਾਮ ਬਖਸ਼ਿਸ਼ ਕਰ ਦਿੱਤਾ। ਹਾਂਜੀ, ਭਇਓ ਮੁਰੀਦ ਸ਼ੇਖ ਤਬ ਗੁਰ ਕੋ। ਸ਼ੇਖ ਬ੍ਰਹਮ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਮੁਰੀਦ ਚੇਲਾ ਬਣ ਗਿਆ ਜੀ। ਹਾਂਜੀ, ਬੰਦੇ ਚਰਨ ਪ੍ਰੇਮ ਕਰ ਉਰ ਕੋ। ਹਿਰਦੇ ਚ ਪ੍ਰੇਮ ਧਾਰਨ ਕਰਕੇ ਉਹਨੇ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਿਆ। ਕੋਈ ਸਿਰ ਐਸਾ ਨਾ ਰਹੇ ਜਿਹੜਾ ਸਤਿਗੁਰੂ ਦੇ ਚਰਨਾਂ 'ਚ ਝੁਕੇ ਨਾ, ਪਿਆਰ ਨਾਲ ਗੱਜ ਕੇ ਕਹੋ ਧੰਨ ਗੁਰੂ ਨਾਨਕ ਦੇਵ ਸਾਹਿਬ, ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਸ਼ੇਖ ਬ੍ਰਹਮ ਨੇ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਪਿਆਰ ਧਾਰ ਕੇ ਮੱਥਾ ਟੇਕਿਆ। ਕਿਤਕ ਦਿਵਸ ਤਿੰਨ ਰਾਖਿਓ ਡੇਰਾ। ਕੁਝ ਦਿਨ ਮਹਾਰਾਜ ਨੇ ਫਿਰ ਸ਼ੇਖ ਬ੍ਰਹਮ ਦੇ ਕੋਲ ਹੀ ਡੇਰਾ ਰੱਖਿਆ ਜੀ। ਉਹਦਾ ਪ੍ਰੇਮ ਵੇਖ ਕੇ ਮਹਾਰਾਜ ਨੇ ਉਹਦੇ ਕੋਲ ਡੇਰਾ ਰੱਖਿਆ। ਨਿਤ ਪ੍ਰਤ ਕਰਹੀ ਭਾਉ ਕਨੇਰਾ। ਹਰ ਰੋਜ਼ ਸ਼ੇਖ ਬ੍ਰਹਮ ਬੜਾ ਹੀ ਪਿਆਰ ਮਹਾਰਾਜ ਨੂੰ ਕਰਿਆ ਕਰੇ, ਪਿਆਰ ਵਾਲੇ ਬਚਨ, ਬੜੇ ਪ੍ਰੇਮ ਨਾਲ ਪ੍ਰਸ਼ਾਦੇ ਦੀ ਸੇਵਾ ਕਰਿਆ ਕਰੇ। ਬਾਲਾ ਤੇ ਮਰਦਾਨਾ ਮਹਾਰਾਜ ਜੀ ਦੇ ਨਾਲ ਹਨ। ਹਾਂਜੀ, ਬਾਹਰੋਂ ਵਿਦਾ ਹੋਏ ਬਰਿਆਈ। ਉੱਥੋਂ ਫਿਰ ਬਰਿਆਈ ਜਗਤ ਦੇ ਮਾਲਕ ਧੰਨ ਗੁਰੂ ਨਾਨਕ ਸਾਹਿਬ ਜੀ
ਸ਼ੇਖ ਬ੍ਰਹਮ ਤੋਂ ਵਿਦਾ ਹੋਏ। ਕੀਨ ਭਿਆਨ ਸ੍ਰੀ ਜਗ ਸਾਈ, ਜਗਤ ਦੇ ਮਾਲਕ ਧੰਨ ਗੁਰੂ ਨਾਨਕ ਸਾਹਿਬ ਜੀ ਅੱਗੇ ਵਧ ਗਏ। ਕੀਨ ਭਿਆਨ ਸ਼੍ਰੀ ਜਗ ਸਾਈ। ਹਾਂਜੀ, ਅਬ ਜੋ ਹੋਵੇ ਕਥਾ ਅਗਾਰੀ। ਕਵੀ ਸੰਤੋਖ ਸਿੰਘ ਜੀ ਕਹਿੰਦੇ ਆ, ਅੱਗੋਂ ਜਿਹੜੀ ਸਤਿਗੁਰੂ ਜੀ ਦੀ ਕਥਾ ਹੈ, ਭਾਖੋ ਅਗਲੇ ਧਰਾਓ ਮਝਾਰੀ, ਭਾਖੋ ਅਗਲੇ ਧਿਆਓ ਮਝਾਰੀ। ਕਹਿਣ ਲੱਗੇ ਮੈਂ ਅਗਲੇ ਅਧਿਆਅ ਵਿੱਚ ਲਿਖਾਂਗਾ। ਅੱਗੋਂ ਜੋ ਮਹਾਰਾਜ ਜੀ ਦੀ ਕਥਾ ਹੈ ਉਹ ਆਪਾਂ ਅਗਲੇ ਅਧਿਆਇ ਵਿੱਚ ਲਿਖਾਂਗੇ। ਦੋ ਕੁ ਮਹੀਨਿਆਂ ਤੱਕ ਸ਼੍ਰੀ ਨਾਨਕ ਪ੍ਰਕਾਸ਼ ਗ੍ਰੰਥ ਦੀ ਸੰਪੂਰਨਤਾ ਹੋਏਗੀ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਇਹਦਾ ਵੀ ਭੋਗ ਸਮਾਗਮ ਆਪਾਂ ਕਰਾਂਗੇ। ਗੁਰੂ ਸਾਹਿਬ ਦਇਆ ਕਰਨ, ਬਖਸ਼ਿਸ਼ ਕਰਨ। ਬੜੀਆਂ ਲੱਖਾਂ ਹੀ ਸੰਗਤਾਂ ਬਾਹਰ ਕਥਾ ਸੁਣ ਰਹੀਆਂ, ਗੁਰੂ ਜੀ ਦੀ ਕਥਾ ਸੁਣ ਕੇ ਰਸ ਪ੍ਰਾਪਤ ਕਰ ਰਹੀਆਂ। ਗੁਰੂ ਨਾਨਕ ਸਾਹਿਬ ਕਿਰਪਾ ਕਰਨ, ਸੰਗਤਾਂ ਇਹ ਰਸ ਸਦਾ ਹੀ ਲੈਂਦੀਆਂ ਰਹਿਣ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਆਓ ਬੜੇ ਪ੍ਰੇਮ ਨਾਲ ਸਾਰੀ ਸੰਗਤ ਕਹੋ, ਵਾਹਿਗੁਰੂ 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 ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਪਿਆਰ ਨਾਲ ਗੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਕਹੋ।